ਕਿੱਦਾਂ ਦਿਮਾਗ 'ਚ ਆਇਆ ਵੀ ਅਸੀਂ ਨਾਲ ਇਹ ਵੀ ਟਾਇਰ ਦਾ, ਕਿਉਂਕਿ ਇਹ ਰੀਸੈਂਟਲੀ ਓਪਨ ਕੀਤਾ ਹੈ ਨਾ ਤੁਸੀਂ, ਇੱਥੇ ਕਿਹੜੇ ਕਿਹੜੇ ਬ੍ਰਾਂਡਸ ਦੇ ਹੈਗੇ ਆ ਨਾਲ? ਬਈ ਇਹ ਨਾਈਟ੍ਰੋਜਨ ਕਿਉਂ ਪਵਾਉਣੀ ਜ਼ਰੂਰੀ ਹੈ ਵੈਸੇ, ਤਾਂ ਕੀ ਫਾਇਦਾ ਹਵਾ ਨਾਲ ਉਹਦੇ? ਕੋਈ ਮਾਰਕੀਟ ਨਾਲੋਂ ਡਿਸਕਾਊਂਟ ਵੀ ਹੈ ਕਿ ਸੇਮ ਪ੍ਰਾਈਜ਼ ਆ ਵਿਊਅਰਸ ਲਈ? ਇਹ ਮਰੂਤੀ ਦਾ ਕੀ ਕਰਦੇ ਲੱਗੇ ਹੋ? PPF ਜਾਂ ਕਿਹੜੀ ਕਿਹੜੀ ਅਵੇਲੇਬਲ ਆ, ਜਾਂ ਲਾਈਕ ਕੋਟਿੰਗ ਕਿਹੜੀ ਕਿਹੜੀ ਅਵੇਲੇਬਲ ਆ? ਹਾਂਜੀ ਮੇਰੇ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਆ ਸਾਰੇ ਵਧੀਆ ਹੋਵੋਗੇ। ਮੈਂ ਹੈਗਾ ਦਿਆਕਰਨ, ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ, ਅਤੇ ਅੱਜ ਫਿਰ ਮੈਂ ਤੁਹਾਡੇ ਵਾਸਤੇ ਇੱਕ ਵਨ ਸਟੋਪ ਗਰਾਜ ਲੈ ਕੇ ਆਇਆ, ਜਿੱਥੇ ਕਿ ਤੁਹਾਨੂੰ ਸਾਰਾ ਕੁਛ ਹੀ ਕਰਾਉਣ ਨੂੰ ਮਿਲ ਜੂਗਾ, ਲਾਈਕ ਟਾਇਰਸ, ਮੋਡੀਫਿਕੇਸ਼ਨਸ, ਵਾਸ਼ਿੰਗ, ਮਕੈਨੀਕਲ, ਸਾਰਾ ਕੁਛ ਹੀ। ਅਤੇ ਮੇਰੇ ਨਾਲ ਕੁਨਾਲ ਜੀ ਨੇ, ਹੈਲੋ ਕੁਨਾਲ ਜੀ, ਕੀ ਹਾਲ ਹੈ? ਅਤੇ ਆਪਣੇ ਵਿਰਕ ਜੀ ਨੇ ਨਾਲ, ਅਤੇ ਇਹ ਓਨਰ ਆਫ ਦੀ ਸ਼ੋਰੂਮ ਨੇ, ਸਾਰਾ ਇਹਨਾਂ ਸਾਰਾ ਕੁਛ ਹੀ ਦੇਖਦੇ ਆ। ਅਤੇ ਬਾਈ ਹੁਣੀ ਇਕੱਲਾ ਲਾਈਕ ਓਨਰ ਮੈਂ ਤਾਂ ਕਿਹਾ ਕਿ ਇਹ ਟੈਕਨੀਕਲੀ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਨੇ, ਇਹਨਾਂ ਨੂੰ ਹਰੇਕ ਚੀਜ਼ ਬਾਰੇ ਨੌਲੇਜ ਵੀ ਹੈ ਵੀ ਕਿੱਦਾਂ ਕਿੱਦਾਂ ਹੈ, ਠੀਕ ਹੈ? ਅਤੇ ਸਰ, ਪਹਿਲੇ ਗੱਲ ਫਸਟ ਆਫ ਆਲ ਵੈਲਕਮ ਤੁਹਾਡੇ ਦੋਵਾਂ ਦਾ ਸਾਡੇ ਯੂਟਿਊਬ ਚੈਨਲ ਦੇ ਉੱਤੇ। ਤੁਹਾਡਾ ਹੀ ਵੈਲਕਮ ਜੀ ਸਾਡੇ ਛੋਟੇ ਜਿਹੇ ਗਰਾਜ 'ਚ। ਨਹੀਂ ਨਹੀਂ, ਛੋਟਾ ਜਿਹਾ ਨਹੀਂ ਹੈ, ਕਿਉਂਕਿ ਐਡਾ ਵੱਡਾ ਗਰਾਜ ਅਸੀਂ ਲਾਈਕ ਹਰੇਕ ਸਾਰਾ ਕੁਛ ਹੀ ਕਰਦੇ ਹੋ ਤੁਸੀਂ, ਉਹ ਮੈਟਰ ਕਰਦਾ, ਛੋਟਾ ਨਹੀਂ ਹੈ। ਪਰ ਹਾਂ, ਆਈ ਨੋ ਕਿ ਚਲੋ ਲੋਕਾਂ ਦੀਆਂ ਡਿਮਾਂਡਸ ਦੇ ਹਿਸਾਬ ਨਾਲ ਚੱਲ ਜਾਂਦਾ। ਅਤੇ ਖਾਸ ਗੱਲ ਕੀ ਲੱਗੀ ਮੈਨੂੰ ਇਹਦੇ ਇੱਥੇ ਕਿ ਤੁਹਾਨੂੰ ਸਾਰਾ ਕੁਛ ਹੀ ਮਿਲਦਾ, PPF, ਕੋਟਿੰਗਸ, ਵਾਸ਼ਿੰਗ, ਟਾਇਰ, ਨਵੇਂ ਬ੍ਰੈਂਡ ਨਿਊ ਟਾਇਰਸ ਜਾਂ ਅਲਾਈਨਮੈਂਟਸ, ਜਿਹੜੀ ਟੈਕਨੀਕ ਇਹਨਾਂ ਨੇ ਲਾਈ ਹੋਈ ਹੈ ਤੁਹਾਨੂੰ ਕਿਤੇ ਹੋਰ ਨਹੀਂ ਮਿਲੂਗੀ। ਅਤੇ ਆਪਾਂ ਸਾਰਾ ਗਰਾਜ ਵੀ ਤੁਹਾਨੂੰ ਵਿਖਾਵਾਂਗੇ, ਸਾਰਾ ਕੁਛ ਨਾਲ ਦੱਸਾਂਗੇ, ਨਾਲ ਨਾਲ ਕਰਾਂਗੇ ਗੱਲਾਂ ਅਤੇ ਬਾਈ ਹੁਣੀ ਕੀ ਕਰਦੇ ਆ ਕਿੱਦਾਂ ਕਿੱਦਾਂ। ਪਰ ਬਾਈ, ਮੈਂ ਚਾਹੁੰਦਾ ਕਿ ਜਸਟ ਇੱਕ ਥੋੜ੍ਹਾ ਜਿਹਾ ਅਪਡੇਟ ਦੇ ਦਿੱਤਾ ਜਾਵੇ ਕਿ ਅਸੀਂ ਇੱਥੇ ਕੀ ਕਰਦੇ ਹਾਂ, ਇਹ ਕਿੱਥੇ ਹੈਗਾ ਅਤੇ ਕੀ ਸਿਸਟਮ ਹੈ। ਭਾਜੀ, ਇਹ ਆਪਣਾ ਸੈਕਟਰ 11 ਪੈਂਦਾ ਜੀ ਪੰਚਕੂਲਾ ਦਾ, ਔਰ ਇਹਦੀ ਬੈਕ ਸਾਈਡ ਮਾਰਕੀਟ ਪੈਂਦੀ ਹੈ, ਜਿਹਦੇ 3 ਸ਼ੋਰੂਮ ਨੇ ਆਪਣੇ ਲਵੇ, 61, 62, 63, 61, 62, 63, ਮਤਲਬ 3 ਸ਼ੋਰੂਮ ਆਪਣੇ ਲਵੇ ਨੇ, ਇਹਨਾਂ ਦੀ ਬੈਕ ਸਾਈਡ ਆਉਂਦੀ ਹੈ ਬੇਸਿਕਲੀ, ਤੇ ਇਹਨਾਂ ਤਿੰਨਾਂ 'ਚ ਅਸੀਂ ਇਹ ਸਾਰਾ ਕੰਪਲੀਟ ਸੈਟਅਪ ਕਰਾਇਆ। ਠੀਕ ਹੈ, ਸਾਰਾ ਕਰਿਆ, ਸਾਰਾ ਕਰਿਆ। ਇੱਕ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਵੀ ਦਾ ਟਾਇਰ ਫਿਊਲ ਕਰਕੇ ਇਹਨਾਂ ਦਾ ਆਉਂਦਾ, ਇੱਕ ਨਾਲ ਹੀ ਬਾਈ ਉਹਨਾਂ ਦਾ ਰਾਈਡ ਐਂਡ ਸ਼ਾਈਨ ਆ ਜਾਂਦਾ। ਠੀਕ ਹੈ, ਤੇ ਆਪਾਂ ਨਾਲੇ ਅੰਦਰ ਚੱਲਦੇ ਹਾਂ, ਨਾਲੇ ਗੱਲਾਂ ਕਰਦੇ ਹਾਂ, ਹੈ ਨਾ, ਆ ਜਾਓ। ਠੀਕ ਹੈ, ਵੈਲਕਮ, ਆ ਜਾਓ ਜੀ। ਤੇ ਫਸਟ ਆਫ ਆਲ ਬਾਈ, ਅਸੀਂ ਸ਼ੁਰੂ ਕਰਦੇ ਹਾਂ ਟਾਇਰਸ ਵਾਲੇ ਹਿੱਸੇ ਤੋਂ, ਕਿਉਂਕਿ ਇਹ ਮੇਜਰ ਪਾਰਟ ਹੈ, ਹੈ ਨਾ, ਲਾਈਕ ਕੰਮ ਦਾ ਆ ਜਾਂਦਾ, ਹੈ ਨਾ। ਇਹ ਤੁਸੀਂ ਆ ਸਕਦੇ ਹੋ ਅੰਦਰ ਆਓਗੇ, ਤੇ ਫਿਲਹਾਲ ਤੁਹਾਨੂੰ ਇੱਕ ਵਾਈਡ ਐਂਗਲ ਤੇ ਪਹਿਲੀ ਵਾਰੀ ਤੁਸੀਂ ਦੇਖ ਰਹੇ ਹੋਵੋਗੇ ਵੀ ਕਿਸੇ ਨੇ ਟਾਇਰਸ ਦਾ ਸ਼ੋਰੂਮ ਇੰਨਾ ਲਗਜ਼ਰੀ ਬਣਾਇਆ ਹੈ, ਤੇ ਸਾਰਾ ਸਿਸਟਮੈਟਿਕਲੀ ਬਣਾਇਆ। ਅਸੀਂ ਬੇਸਿਕਲੀ ਨਾ ਭਾਜੀ, ਅਸੀਂ ਟਾਇਰ ਨੂੰ ਫੋਕਸ ਘੱਟ ਕਰਦੇ ਹੋਏ ਆ, ਅਸੀਂ ਸਰਵਿਸ ਨੂੰ ਪ੍ਰੈਫਰੈਂਸ ਜ਼ਿਆਦਾ ਦਿੱਤੀ। ਤੁਸੀਂ ਕਿਤੇ ਵੀ ਦੇਖੋਗੇ ਅਲਾਈਨਮੈਂਟ ਵਗੈਰਾ ਦਾ ਸੈਟਅਪ ਜਿਹੜਾ ਹੁੰਦਾ ਨਾ, ਉਹ ਟਾਇਰਸ ਪਏ ਹੋਣਗੇ ਐਂਡ ਆਲ ਕਿਓਸ ਦੇ ਵਿੱਚ ਇੱਕ ਸਾਈਡ ਤੇ ਮਸ਼ੀਨ ਪਈ ਹੋਊ, ਅਸੀਂ ਉਹ ਉਹਦਾ ਉਲਟਾ ਕਰਤਾ, ਰਿਵਰਸ ਕੀਤਾ। ਬਿਕੋਜ਼ ਅਸੀਂ ਸਰਵਿਸ ਲਾਈਨ ਤਾਂ ਆਉਂਦੇ ਹਾਂ ਕਿ ਫੋਕਸ ਪਹਿਲਾਂ ਸਰਵਿਸ ਨੂੰ ਦਿੱਤਾ ਜਾਏ, ਐਂਡ ਹਾਂ, ਤੁਹਾਨੂੰ ਨੀਡ ਹੈ ਟਾਇਰ ਦੀ, ਅਸੀਂ ਕਿਤੇ ਹੋਰ ਨਹੀਂ ਜਾਣ ਦਿੰਦੇ, ਉਹ ਵੀ ਅਵੇਲੇਬਲ ਹੈ। ਠੀਕ ਹੈ, ਕੁਨਾਲ ਹੁਣਾਂ ਨੂੰ ਨਾਲ ਇੱਥੇ ਲਿਆ ਕਿ ਤੁਸੀਂ ਸਾਨੂੰ ਦੱਸੋ ਜ਼ਿਆਦਾ ਡਿਟੇਲ 'ਚ। ਕੁਨਾਲ ਜੀ, ਪਹਿਲੀ ਤਾਂ ਗੱਲ ਇਹ ਦੱਸੋ ਵੀ ਇਹ ਕਿੱਦਾਂ ਦਿਮਾਗ 'ਚ ਆਇਆ ਵੀ ਅਸੀਂ ਨਾਲ ਇਹ ਵੀ ਟਾਇਰਸ ਦਾ, ਕਿਉਂਕਿ ਇਹ ਰੀਸੈਂਟਲੀ ਓਪਨ ਕੀਤਾ ਹੈ ਨਾ ਤੁਸੀਂ? ਯਾਰ, ਐਕਚੁਲੀ ਕਿਆ ਹੈ ਕਿ ਜੋ ਹਮਾਰਾ ਦੂਸਰਾ ਵਾਲਾ ਸ਼ੋਰੂਮ ਹੈ ਉਸਕੇ ਅੰਦਰ ਹਮ ਵਨ ਸ਼ੋਪ ਸੋਲਿਊਸ਼ਨ ਉਸਮੇ ਵੀ ਦੇ ਰਹੇ ਥੇ, ਬਟ ਉਸਕੇ ਅੰਦਰ ਜੋ ਹਮਾਰਾ ਮਿਸਿੰਗ ਪਾਰਟ ਥਾ ਵੋ ਥਾ ਟਾਇਰਸ, ਐਂਡ ਟਾਇਰਸ ਕੀ ਸਰਵਿਸ ਲਗਾ ਲਓ ਜਾਂ ਅਲਾਈਨਮੈਂਟ ਐਂਡ ਬੈਲੈਂਸਿੰਗ ਲਗਾ ਲਓ, ਤੋ ਜੋ ਵੀ ਹਮਾਰੇ ਪਾਸ ਰਾਈਡ ਐਂਡ ਸ਼ਾਈਨ ਮੈਂ ਆਤਾ ਥਾ ਕਾਮ ਕਰਵਾਨੇ ਕੇ ਲੀਏ, ਵੋ ਜ਼ਰੂਰ ਪੁੱਛਤਾ ਥਾ ਸਰ ਹਮ ਅਲਾਈਨਮੈਂਟ ਕਹਾਂ ਸੇ ਕਰਾਏ, ਜਾਂ ਹਮ ਉਸਕੇ ਅੰਦਰ ਹਮ ਟਾਇਰਸ ਕਹਾਂ ਸੇ ਪਰਚੇਜ਼ ਕਰੇਂ। ਉਹ ਫਿਰ ਭਾਜੀ ਨਾਲ ਗੱਲ ਹੋਈ ਯਾਰ ਕਿ ਯਾਰ ਕੁਛ ਨਾ ਕੁਛ ਤਾਂ ਯਾਰ ਆਪਾਂ ਸਾਨੂੰ ਕਰਨਾ ਪਏਗਾ, ਤੋ ਬਾਈ ਚਾਂਸ ਸਾਨੂੰ ਇਹ ਬਿਲਕੁਲ ਨਾਲ ਵਾਲਾ ਹੀ ਸ਼ੋਰੂਮ ਮਿਲ ਗਿਆ, ਮਿਲ ਗਿਆ, ਹੈ ਨਾ। ਅਤੇ ਸਾਡੇ ਦਿਮਾਗ 'ਚ ਆਇਆ ਕਿ ਯਾਰ ਆਪਾਂ ਅਲਾਈਨਮੈਂਟ ਅਤੇ ਬੈਲੈਂਸਿੰਗ ਦਾ ਇੱਕ ਪ੍ਰੀਮੀਅਮ ਸ਼ੋਰੂਮ ਬਣਾਉਣਾ, ਠੀਕ ਹੈ? ਅਤੇ ਆਪਾਂ ਇੱਕ ਸ਼ੋਰੂਮ ਬਣਾਇਆ ਹੋਇਆ ਲਾਈਕ ਆਪਾਂ ਸਾਰਾ ਹੰਟਰ ਦਾ ਸੈਟਅਪ ਰੱਖਿਆ ਸਰ। ਓਕੇ, ਸਾਰਾ ਹੰਟਰ। ਫਸਟ ਆਫ ਆਲ ਮੈਂ ਚਾਹੂੰਗਾ ਵੀ ਆਲਵੇਜ਼ ਮਿਸਿੰਗ ਹੁੰਦਾ ਹੈ ਲਾਂਚ, ਤੁਹਾਡਾ ਲਾਂਚ ਬਹੁਤ ਸਰ ਆ ਜਾਓ, ਹੈ ਨਾ। ਇਹ ਮੈਂ ਚਾਹੂੰਗਾ ਜਦੋਂ ਦਿਖਾਇਆ ਜਾਵੇ ਸਟਾਰਟਿੰਗ ਤੋਂ ਹੀ। ਆਓ ਸਰ, ਅਤੇ ਇਹ ਤੁਸੀਂ ਦੇਖ ਸਕਦੇ ਹੋ ਬਾਈ ਵੀ ਤੁਹਾਨੂੰ ਬੈਂਡ ਵਗੈਰਾ ਦੀ ਜਾਂ ਕਿਸੇ ਚੀਜ਼ ਦੀ ਬਾਈ ਉਹਨਾਂ ਨੇ ਬਹੁਤ ਪ੍ਰੋਪਰ ਆਪਾਂ ਮਤਲਬ ਕਸਟਮਰ ਜਾਂ ਫੈਮਿਲੀ ਲਾਈਕ। ਦੇਖੋ ਸਰ, ਕਿਆ ਹੋਤਾ ਹੈ ਕਿ ਜਬ ਵੀ ਆਪ ਕਿਸੀ ਟਾਇਰ ਕਾ ਕਾਮ ਕਰਾ ਰਹੇ ਹੋ, ਗਾੜੀ ਕਾ ਕਾਮ ਕਰਾ ਰਹੇ ਹੋ, ਤੋ ਲੋਕ ਪ੍ਰੈਫਰੈਂਸ ਕਰਤੇ ਹੈ ਕਿ ਫੈਮਿਲੀਜ਼ ਕੇ ਸਾਥ ਨਾ ਆਏ, ਹੈ ਨਾ। ਤੋ ਹਮਨੇ ਇਸ ਹਿਸਾਬ ਸੇ ਬਣਾਇਆ ਹੋਇਆ ਹੈ ਕਿ ਹਮ ਪ੍ਰੋਪਰ ਆਪ ਫੈਮਿਲੀ ਕੇ ਸਾਥ ਆਓ, ਬੱਚੋ ਕੇ ਸਾਥ ਆਓ, ਤੋ ਉਨਕੋ ਪ੍ਰੋਪਰ ਪ੍ਰਾਈਵੇਸੀ ਦੇ ਰੱਖੀ ਹੈ ਹਮਨੇ, ਕਿ ਆਪ ਆਰਾਮ ਆਰਾਮ ਸੇ ਬੈਠ ਕੇ ਦੇਖੋ। ਔਰ ਯੇ ਹਮਨੇ ਗਲਾਸ ਲਗਾ ਰੱਖੇ, ਲੁਕਿੰਗ ਗਲਾਸ,
कि जो भी है आपका जो भी काम हो सकता है आप सामने आप यहाँ पर अपना सारा काम देख सकते हो ऐसा बनाना है की लोग अपनी फैमिली को भी लेके आ सकते हैं। कुछ पीछे समान रखे एक्सेसरीज आ जाने कुछ ये सर एक्सेसरीज आ गया सर सारा है ना कि लाइक आपके एयर पंप्स हो गए आपके या क्लीनिंग का हो गया परफ्यूम्स हो गए या जो आपके कैलिपर्स और हब पेंट होता है वो भी हमने सारा रखा थोड़ा डिफरेंट होता है सारा हाँ, ठीक है ओके तो दैन लाइक ये सिर्फ कहते लिए एक मैं चीज़ पहले ही कर क्लीयर करा था भाई उन्होंने प्रॉपर एक बोर्ड ला रखे तो वैसे तो लग्जरी सैगमेंट भी सारा आता है पर व्यूवर्स कई बार कोई ओह जी भी वेख रहे डर ना जाए सारिया गड्डिया ही इतने बाई हुई करते हैं है ना लाइक टायर्स किसी साइज के भी कोई चाहिए सारे अवेलेबल ने प्लस बाई उन्होंने एक आइडिया जहाँ कॉस्टिंग लिखी आई थिंक व्हील अलाइनमेंट की कॉस्टिंग वगैरह बोर्ड लगे हुए हैं बाई हूँ इंस्टा हैंडल वगैरह सारा कुछ अवेलेबल है तुम इतने उन्होंने फॉलो कर सकते हो कई बार बहुत डिस्काउंट या लाइक ऑफरस चलदिया होंगे ने तो मिल सकते हैं प्लस बाई उन्होंने होर कुछ सैटअप लिखा हुआ ਬਾਈ ਇੱਕ ਚੀਜ਼ ਮੈਨੂੰ ਇੱਥੇ ਨਾਲ ਹੋਰ ਕਲੀਅਰ ਕਰ ਦਿਓ ਟਾਇਰਸ ਚਲੋ ਅਸੀਂ ਇਹ ਆਊਟਲੈਟ ਬਣਾਇਆ ਸਾਰਾ ਕੁਛ ਕੀਤਾ ਨਾ ਇੱਥੇ ਕਿਹੜੇ ਕਿਹੜੇ ਬ੍ਰਾਂਡਸ ਦੇ ਹੈਗੇ ਨਾਲ ਸਰ ਟਾਇਰਸ ਆਪਕੋ ਯਹਾਂ ਪਰ ਗੁਡੀਅਰ ਕਾ ਮਿਲ ਜਾਏਗਾ ਓਕੇ ਯੋਕੋਹਾਮਾ ਮਿਲ ਜਾਏਗਾ ਓਕੇ ਠੀਕ ਹੈ ਐਂਡ ਆਪਕਾ ਬ੍ਰਿਜਸਟੋਨ ਮਿਲ ਜਾਏਗਾ ਐਂਡ ਅਭੀ ਹਮ ਸੀਐਟ ਕੇ ਸਾਥ ਹਮ ਕੋਲੈਬੋਰੇਸ਼ਨ ਕਰ ਰਹੇ ਹੈਂ ਅਬ ਆਨੇ ਵਾਲੇ ਟਾਈਮ ਮੇਂ ਆਪਕੋ ਸੀਐਟ ਵੀ ਦੇਖਨੇ ਕੋ ਮਿਲੇਗਾ ਮਤਲਬ ਸਾਰੇ ਬ੍ਰਾਂਡਸ ਦੇ ਟਾਇਰ ਵੈਸੇ ਅਵੇਲੇਬਲ ਸਾਰੇ ਬ੍ਰਾਂਡਸ ਦੇ ਟਾਇਰ ਮਿਲ ਜਾਏਗਾ ਇਨ ਹਾਊਸ ਹੀ ਅਵੇਲੇਬਲ ਹੋਣਗੇ ਸਾਰੇ ਸਾਈਜ਼ਸ ਅਵੇਲੇਬਲ ਹੈ ਸਾਰੇ ਟਾਈਪ ਕੇ ਟਾਇਰਸ ਅਵੇਲੇਬਲ ਹੈ ਠੀਕ ਹੈ ਐਂਡ ਲਗਜ਼ਰੀ ਕਾਰਸ ਕਾ ਰਨ ਫਲੈਟ ਟਾਇਰਸ ਵਗੈਰਾ ਹੋਤੇ ਵੋ ਵੀ ਸਭ ਅਵੇਲੇਬਲ ਹੈ ਸਾਰਾ ਕੁਛ ਅਵੇਲੇਬਲ ਮਤਲਬ ਕੋਈ ਪੰਗੇ ਵਾਲੀ ਗੱਲ ਨਹੀਂ ਨਾ ਸਰ ਕੋਈ ਪੰਗੇ ਨਹੀਂ ਤੇ ਭਾਈ ਤੁਸੀਂ ਦੇਖ ਸਕਦੇ ਹੋ ਜਸਟ ਮੈਂ ਦੇ ਦਿੰਦਾ ਗੁੱਡੀਆ ਦਾ ਟਾਇਰਸ ਵਗੈਰਾ ਸਾਈਜ਼ਸ ਤੁਸੀਂ ਦੇਖ ਰਹੇ ਹੋ ਸਾਰੇ ਵੱਡੇ ਛੋਟੇ ਪ੍ਰੀਮੀਅਮ ਸੈਗਮੈਂਟਸ ਦੇ ਵੀ ਮਿਲ ਜਾਣਗੇ ਸਾਰੇ ਮਿਲ ਜਾਣਗੇ ਸਰ ਲਾਈਕ ਪਰੇਲੀ ਵਗੈਰਾ ਹੋ ਗਿਆ ਵੋ ਔਨ ਆਰਡਰ ਮਿਲ ਜਾਤਾ ਹੈ ਕਿ ਲਾਈਕ ਜੈਸੇ ਆਪਕੇ ਮਰਸਡੀਜ਼ ਕੇ ਹੋ ਗਏ ਜੋ ਰਨ ਫਲੈਟ ਟਾਇਰਸ ਹੈ ਬੀਐਮ ਕੇ ਰਨ ਫਲੈਟ ਟਾਇਰਸ ਜੋ ਹੈ ਠੀਕ ਹੈ ਅਗਰ ਕੋਈ ਕਸਟਮਰ ਕੋਈ ਪਾਰਟਿਕੂਲਰ ਬ੍ਰਾਂਡ ਚਾਹੀਏ ਉਸਕੋ ਤੋ ਹਮ ਉਸਕੋ ਆਰਡਰ ਪੇ ਵੀ ਮੰਗਵਾ ਕੇ ਦੇ ਸਕਦੇ ਹੋ ਉਹ ਵੀ ਮਿਲ ਜਾਣਗੇ ਠੀਕ ਹੈ ਇਹ ਭਾਈ ਤੁਸੀਂ ਦੇਖ ਸਕਦੇ ਹੋ ਸਾਰੇ ਯੋਕੋਹਾਮਾ ਦੇ ਟਾਇਰਸ ਵਗੈਰਾ ਸਾਰਾ ਕੁਝ ਲੇਟੈਸਟ ਵਾਲਾ ਟਾਇਰ ਇੱਕ ਲਾਂਚ ਕੀਤਾ ਉਹ ਵੀ ਇੱਥੇ ਤੁਹਾਨੂੰ ਮਿਚਲੇਨ ਦਾ ਮਿਲ ਜਾਏਗਾ ਠੀਕ ਹੈ ਇੱਧਰ ਦੇਖ ਲਈਏ ਤੇ ਬ੍ਰਿਜਸਟੋਨ ਵਗੈਰਾ ਦੇ ਵੀ ਅਵੇਲੇਬਲ ਨੇ ਤੇ ਸਾਰਾ ਕੁਝ ਹੀ ਤੁਹਾਨੂੰ ਇਨ ਹਾਊਸ ਹੀ ਮਿਲ ਜੂਗਾ ਇਹ ਨਾ ਸੋਚੋ ਵੀ ਇੰਨੇ ਕਿਨੇ ਤੇ ਇਹੀ ਨੇ ਜਸਟ ਜਿੰਨੀ ਕਿ ਡਿਮਾਂਡ ਆਉਂਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਹੈ ਨਾ ਰੱਖ ਦਿਓ ਬਿਲਕੁਲ ਗੋਡਾਊਨ ਰੱਖਿਆ ਹੋਇਆ ਬਾਹਰ ਓਕੇ ਤੇ ਕਿਉਂਕਿ ਇਹਦੇ ਇੱਥੇ ਸਾਡਾ ਲਿਮਿਟਿਡ ਸਪੇਸ ਹੈ ਠੀਕ ਹੈ ਤੇ ਨਾਲ ਗੋਡਾਊਨ ਹੈਗਾ ਮਤਲਬ ਇਥੋਂ ਲਾ ਲਓ ਕਿਤੇ ਕਿਲੋਮੀਟਰ ਦੂਰ ਆ ਨਾਲ ਹੀ ਉੱਤੇ ਸਭ ਕੁਝ ਅਵੇਲੇਬਲ ਹੈ ਅਵੇਲੇਬਲ ਹੈ ਕਿਉਂਕਿ ਇੱਥੇ ਚਲੋ ਡਿਸਪਲੇ ਜ਼ਿਆਦਾ ਨਹੀਂ ਕਰ ਸਕਦੇ ਹੌਸਪੋਟ ਬਹੁਤ ਹੋ ਜੂਗਾ ਠੀਕ ਹੈ ਤੇ ਦੈਨ ਗੱਲ ਕੀਤੀ ਜਾਵੇ ਆਪਣੇ ਸਿਸਟਮ ਦੀ ਜਿਹੜੀ ਤੁਸੀਂ ਗੱਲ ਕੀਤੀ ਐਕਚੁਅਲ ਦੇ ਵਿੱਚ ਹੈ ਨਾ ਇਹ ਟੈਕਨੀਕ ਟੈਕਨੋਲੋਜੀ ਟੈਕਨੋਲੋਜੀ ਜਿਹੜੀ ਹੈ ਮੈਟਰ ਕਰਦੀ ਹੈ ਹੈ ਨਾ ਕਿ ਆਪਾਂ ਗੱਡੀਆਂ ਲੈ ਲੈਂਦੇ ਹਾਂ ਪਰ ਲਾਈਕ ਆਪਾਂ ਨੂੰ ਐਕਚੁਅਲੀ ਉਹਦੇ ਟਾਇਰ ਉੱਡ ਜਾਂਦੇ ਆ ਜਾਂ ਮੇਨਟੇਨੈਂਸ ਨਹੀਂ ਰਹਿੰਦੀ ਹੈ ਨਾ ਇਹ ਵੀ ਕੋਈ ਲੇਟੈਸਟ ਟੈਕਨੋਲੋਜੀ ਆ ਯੂਜ਼ ਕੀਤਾ ਹੈ ਬੇਸਿਕਲੀ ਯੈਸ ਸਰ ਤੋ ਜੋ ਜਿਤਨੀ ਵੀ ਹਮਨੇ ਮਸ਼ੀਨਰੀ ਲਈ ਹੈ ਬੇਸਿਕਲੀ ਸਾਰੀ ਹਮਾਰੀ ਹੰਟਰ ਕੀ ਮਸ਼ੀਨਰੀ ਹੈ ਦਿਸ ਇਜ਼ ਅ ਯੂ ਐਸ ਏ ਬ੍ਰਾਂਡ ਓਕੇ ਠੀਕ ਹੈ ਤੋ ਯੂ ਐਸ ਏ ਬੇਸਿਕਲੀ ਜੋ ਹੰਟਰ ਯੂ ਐਸ ਏ ਕਾ ਨੰਬਰ ਵਨ ਬ੍ਰਾਂਡ ਹੈ ਅਲਾਈਨਮੈਂਟ ਐਂਡ ਬੈਲੈਂਸਿੰਗ ਮੈਂ ਠੀਕ ਹੈ ਠੀਕ ਹੈ तो ये हमारे पास जो हंटर की है 4i मशीन है हॉक आई मशीन कहते हैं इसको ठीक है ये सबसे लेटेस्ट मशीन है हंटर की ठीक है एंड ये जो अलाइनमेंट है ये आपके 30 से लेके 45 सेकंड्स में आपके अलाइनमेंट कर सकती है गाड़ी ऑटोमेटिकली ऑटोमेटिकली नहीं होती सर तो जो इसके अंदर जो हम इसका रन लेते हैं जो कैस्टर सेटिंग्स वगैरह होती हैं ये आपकी 45 सेकंड्स में हो जाती हैं तो दिस इज द फास्टेस्ट मशीन फास्टेस्ट अलाइनमेंट मशीन बेसिकली ठीक है एंड बहुत कम लोगों ने लगा रखी है मशीन ये डेफिनेटली जो बहुत हाई एंड जो टायर्स वगैरह कर रहे हैं उन्हीं के पास मशीन चाहिए ठीक है ना तो सर इसमें लाइक आपके पास फिर जो कहते होते हैं कि एयर है लाइक हाँ। तो जितना कह दिया आप कि हाइड्रोजन या लाइक दूसरी चीज वो भी अवेलेबल है अपने सर नाइट्रोजन अपने अपने पास अवेलेबल है ओके ठीक है ये नाइट्रोजन का हमारी मशीन है ओके हाँ
ये नाइट्रोजन टायर इन्फिलेटर आ गया बेसिकली आपका, ठीक है, ठीक है। तो वही जो आप कह रहे हो कि नाइट्रोजन बेसिकली नॉर्मल एयर से हल्की होती है, एंड ये जो इसके बेसिकली ये ना जो टायर से जल्दी बाहर नहीं निकलती, लाइक एक थोड़ी जी होर गाइड कर दियो तुसी इत्थे ना, लाइक टेक्निकली गल कर लिया आपां ते भाई ये नाइट्रोजन क्यों पवानी जरूरी है वैसे, तां की फायदा है हवा नाल ओदे? बेसिकली सर क्या है कि एक तो ये ठंडी रहती है, आपके टायर को गर्म नहीं करती, ठीक है, ठीक है। दूसरी चीज़ क्या है सर, जो आपकी जो टायर में से हवा निकल जाती है, जो नाइट्रोजन होती है, नाइट्रोजन इतनी जल्दी नहीं निकलती आपके टायर में से, ठीक है। एक टायर को ठंडा रख दिया है ना, लाइक टायर को ठंडा रख दिया है, लेयर बन जाती है, स्टेबिलिटी ज्यादा रहती है, ठीक है। कोई कॉस्ट भी फिर वक्री रखी है? नहीं सर, जैसे अगर कोई नए टायर डलवाता है तो वो तो उसके अंदर कॉस्ट वो है, बाकी जो इसके ऊपर हम 50 रुपये पर टायर लेते हैं वैसे, अगर आप आपने अगर उसको मार्केट से आई थिंक ज्यादा चार्ज करते हैं ना, मार्केट में तो ज्यादा चार्ज करते हैं मार्केट में सर, हाँ तो चार्ज ज्यादा भी कर सकते हैं, ये ऑलमोस्ट सेम ही प्राइसिंग है सर सारे से। इस करके भाई ये सारा सिस्टम है इन्होंने अलाइनमेंट लियो कार ने को ऑलरेडी आई हुई है वो असी लावांगे थे। ते भाई एक चीज होर साडे कोले थे मिसिंग है, लाइक असी गल करनी चाहुंदा सी मैं टायर्स है ना, तुसी रखे आपा ब्रांड्स दी गल करदे आ, कोई मार्केट नाल डिस्काउंट भी है के सेम प्राइस आ व्यूअर्स नी? सर व्यूअर्स के लिए जो व्यूअर्स हैं उसके लिए हम एक स्पेशल डिस्काउंट रखेंगे, okay. जो ये वाला व्लॉग देख के आएगा, okay. या आपसे आपके रेफरेंस आएगा, हम उसको एक स्पेशल डिस्काउंट देंगे, 100% प्रोवाइड करेंगे। एक गल भाई ने बहुत वधिया कही है, बाकी तुसीं दस्सियो जरूर जे मेरा व्लॉग देख के आए ते भाई अलॉय व्हील्स नहीं नाल रखे? नहीं सर अलॉयज अभी तो कोई प्लान नहीं है, ठीक है, बाकी बाद में देख रहे हैं सर। मैं थोड़ा इंस्टा भी देख रहा लाइक थोड़े दूजे गराज वाला है ना, लाइक चलो अलग अलग पेज ने ते काफ़ी मॉडिफाई की गड्डिया भी तुम पाने है ना, हाँ जी। वो फिर डिमांड नहीं करते अलॉयज की? नहीं करते भाजी, फिर काफ़ी साढ़े लिंक है ऑनलाइन अभी मंगवा के देने टायर अपने अवेलेबल होंगे ने अवेलेबल होंगे, ठीक है। क्योंकि जी कस्टमाइज गड्डिया ने जिम्मे रजिस्ट्रेशन है वो साढ़े को खुला टाइम होंगे, पहले डिमांड लै लें फिर उस बाद अभी 10 ऑप्शन 7-8-10 जो भी ऑप्शन होंगे ऑप्शन देने जो उन्होंने फाइनलाइज होंगे अभी कर लें, ठीक है, वो अभी करते रहना बाहर स्पेशली नहीं जाना पड़ा, ठीक है। मैं तुम्हें एक गल पूछनी चाहता, जब बहुत सारे लाइक आप पंचकूले के बच्चे चंडीगढ़ है काफ़ी लाइक इंडिया का मेन मनिया जाता है हब है ना, तो वैसे भी उत्थे थोड़े लोग बिजी रहने वाले ज्यादा ने सिटीज़ के, कोई पिक एंड ड्रॉप की फैसिलिटी भी रख रखी है, लाइक गड्डी के किसी टायर चेंज ने, कोई प्रीमियम कस्टमर होंगे ना कहते साढ़े को टाइम है नहीं कि कार लै जाओ, बिल्कुल भी चीज़ा करी? बिल्कुल सर बिल्कुल, हमने सर 5 से लेकर 7 किलोमीटर की रेडियस के अंदर जो भी आपकी गाड़ी होगी उसकी फ्री पिक एंड ड्रॉप सर्विस रखी हुई है हमने, आपकी कोई भी मैकेनिकल का वर्क है, आपकी कोई कोटिंग का वर्क है, आपका कोई टायर का वर्क है, तो हम उसको बिल्कुल फ्री ऑफ कॉस्ट पिक एंड ड्रॉप सर्विस हमने रखी देखी हुई है, ठीक है। बाकी प्रोफेशनल ड्राइवर आएगा दे छे नहीं, कोई पर्टिकुलर कोई भी उठा के गैरेज का बंदा नहीं चला जाएगा, ठीक है। प्रॉपर असी ओदे वास्ते एक अपॉइंट ड्राइवर रखा हुआ जो कि लग्जरी गड्डिया नु हैंडल करदा, जिवें कूपे आई भी असी पिक कीती आ उने, ठीक है, ते असी इहनू प्रॉपर मतलब मेंटेन करके साडा रहंदा है कि असी इहनू ਵੀਡੀਓਜ਼ ਵਗੈਰਾ ਉਹਦੀ ਪਹਿਲਾਂ ਬਣਾ ਲੈਂਦੇ ਹਾਂ ਬਿਫੋਰ ਦੀ, ਠੀਕ ਹੈ, ਚੱਲਣ ਤੋਂ ਪਹਿਲਾਂ, ਹਾਂ ਮੈਂ ਉਹੀ ਪੁੱਛਣਾ ਚਾਹੁੰਦਾ, ਛੋਟੀ ਰਹਿੰਦੀ ਸਾਡੇ ਕੋਲ ਰੈਫਰੈਂਸ ਆਇਆ, ਠੀਕ ਹੈ, ਉਹ ਸਭ ਰਹਿੰਦਾ ਜੀ ਰਹਿੰਦੇ ਰਹਿੰਦਾ, ਠੀਕ ਹੈ। ਇਹ ਬਾਈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹਨਾਂ ਕੋਲ ਹਾਈਡ੍ਰੋਲਿਕ ਸਿਸਟਮ ਲੱਗਾ, ਇਹਨੂੰ ਪ੍ਰੋਪਰ ਅਪ ਕਰਕੇ ਸਾਰਾ ਉੱਪਰ ਲਿਫਟ ਕਰਕੇ ਦੈਨ ਇਹਦੀ ਸਾਰਾ ਸਿਸਟਮ ਥੱਲਿਓਂ ਗੱਡੀ ਚੈੱਕ ਵੀ ਹੋਊਗੀ ਕਿ ਕਿੱਦਾਂ ਕਿੱਦਾਂ ਹੈ, ਕੀ ਹਿਸਾਬ ਹੈ, ਕੋਈ ਇਸ਼ੂ ਤਾਂ ਨਹੀਂ ਹੈਗਾ, ਇਸ ਕਰਕੇ ਪ੍ਰੋਪਰ ਸਿਸਟਮੈਟਿਕਲੀ ਤੁਹਾਨੂੰ ਸਾਰਾ ਪ੍ਰੋਫੈਸ਼ਨਲੀ ਕੰਮ ਮਿਲੂਗਾ ਇੱਥੇ, ਇਹੋ ਜਿਹੀ ਗੱਲ ਕੋਈ ਨਹੀਂ ਗੀ। ਅਤੇ ਵੈਸੇ ਬਾਈ ਅਲਾਈਨਮੈਂਟਸ ਦੀ ਕੋਸਟ ਮਾਰਕੀਟ 'ਚੋਂ ਮਹਿੰਗੀ ਆ ਜਾਂ ਸਸਤੀ ਹੈ ਕੋਈ? सर हमारी अलाइनमेंट की कॉस्ट सस्ती है मार्केट से, okay. हमारे कोई हिडन चार्जेस नहीं है, लाइक काफ़ी जगह मैंने देखा है जब हम इस बिजनेस शुरू करने से पहले आप कहीं जाओ अलाइनमेंट कराने जाओ, वो बाद में कहते हैं नहीं टैक्सेस अलग है, हाँ. इस चीज़ के चार्जेस अलग हैं। सर जो हमने बोर्ड के ऊपर लिखा हुआ है, okay. हम उसे कोई भी एक्स्ट्रा चार्ज नहीं करेंगे। बोर्ड पा ही देगी आप वीडियो? हाँ जी सर बिल्कुल सर बिल्कुल, प्रॉपर पा देने बोर्ड सारा सारा, तो सीधा स्क्रीनशॉट लैके आ सकते हो, जब बाई उन्होंने भेज सकते हो,
ਅਤੇ ਇਹ ਪ੍ਰੋਪਰ ਅਸੀਂ ਸਾਰਾ ਬੋਰਡ ਹੀ ਪਾ ਦਿੰਦੇ ਹਾਂ ਅਤੇ ਬਾਕੀ ਬਾਈ ਨੇ ਕੁਛ ਕੰਪਨੀਜ਼ ਮਿਸਿੰਗ ਹੋਣੀਆਂ ਕਿਉਂਕਿ ਬੋਰਡ ਥੋੜ੍ਹਾ ਜਲਦਬਾਜ਼ੀ 'ਚ ਬਣਿਆ ਸੀ ਅਤੇ ਉਹਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਅਤੇ ਸਾਰੀ ਡਿਟੇਲ ਬਾਈ ਹੁਣਾਂ ਦੇ ਉੱਤੇ ਲਿਖੀ ਹੋਈ ਆ ਆਲਰੇਡੀ ਕਿੰਨੇ ਕਿੰਨੇ ਇੰਚੀਜ਼ ਨੇ ਕੀ ਸਿਸਟਮ ਹੈ ਇੱਧਰ ਅਲੱਗ ਤੋਂ ਲਿਖਿਆ ਹੋਇਆ ਅਤੇ ਇਹ ਚੀਜ਼ਾਂ ਨੇ ਅਤੇ ਬਾਈ ਇੱਕ ਚੀਜ਼ ਹੋਰ ਆਉਂਦੀ ਸੀ ਮੇਰੇ ਦਿਮਾਗ ਦੇ ਵਿੱਚ ਕਿ ਇੱਧਰ ਕੁਛ ਇਹ ਫਿਰ ਅਲੱਗ ਮਸ਼ੀਨ ਹਾਂਜੀ ਸਾਡੇ ਅਤੇ ਫਿਰ ਬੰਦੇ ਵੀ ਕੋਈ ਟ੍ਰੇਨਸ ਟ੍ਰੇਨਿੰਗ ਲੈਂਦੇ ਬਿਲਕੁਲ ਸਰ ਬਿਲਕੁਲ ਸਰ ਪ੍ਰੋਪਰ ਸਰ ਟ੍ਰੇਨ ਹੈ ਜਬ ਹਮਨੇ ਮਸ਼ੀਨਸ ਲੀ ਥੀ ਤੋ ਕੰਪਨੀ ਕੇ ਬੰਦੇ ਆਏ ਥੇ ਪ੍ਰੋਪਰ ਟ੍ਰੇਨਿੰਗ ਦੇ ਰੱਖੀ ਹੈ ਇਨਕੋ ਐਂਡ ਦੇ ਆਰ ਪ੍ਰੋਫੈਸ਼ਨਲ ਮਤਲਬ ਇਨਕੋ ਆਲਰੇਡੀ 5 ਸੇ ਲੇਕੇ 7 ਸਾਲ 10 ਸਾਲ ਹੋ ਗਏ ਹੈ ਇਸ ਕੇ ਉਪਰ ਕਾਮ ਕਰਤੇ ਹੋਏ ਯੇ ਸਰ ਹਮਾਰਾ ਯੇ ਸਮਾਰਟ ਵੇਟ ਪ੍ਰੋ ਬੈਲੈਂਸਰ ਹੈ ਯੇ ਵੀ ਹੰਟਰ ਕਾ ਹੀ ਹੈ ਠੀਕ ਹੈ ਇਸ ਕੇ ਅੰਦਰ ਯੇ ਜੋ ਮਸ਼ੀਨ ਹੈ ਯੇ ਆਪਕੇ ਜੋ ਟਾਇਰ ਕੇ ਅੰਦਰ ਜੋ ਵੇਟ ਲਗਨਾ ਹੋਤਾ ਹੈ ਉਸ ਕੋ ਬੜੀ ਸਮਾਰਟਲੀ ਕੈਲਕੂਲੇਟ ਕਰਤਾ ਹੈ ਕਿ ਆਪਕਾ ਜੋ ਟਾਇਰ ਕੇ ਅੰਦਰ ਵੇਟ ਹੈ ਵੋ ਕਮ ਲਗੇ ਐਂਡ ਕਸਟਮਰ ਕੋ ਜੋ ਹੈ ਵੋ ਥੋੜਾ ਇਕੋਨੋਮਿਕਲ ਪੜੇ ਠੀਕ ਹੈ ਯੇ ਬਈ ਪਿੱਛੇ ਮਸ਼ੀਨ ਹੈ ਯੇ ਸਰ ਆਪਕਾ ਕੰਪਰੈਸਰ ਹੈ ਯੇ ਬੇਸਿਕਲੀ ਹਮਨੇ ਸੀਪੀ ਕਾ ਕੰਪਰੈਸਰ ਲੈ ਰੱਖਾ ਹੈ ਠੀਕ ਹੈ ਯੇ ਜਿਤਨੀ ਵੀ ਆਪਕੀ ਮਸ਼ੀਨ ਹੈ ਸਾਰੀ ਏਅਰ ਸੇ ਆਪਰੇਟ ਹੋ ਰਹੀ ਹੈ ਤੋ ਉਸਕੇ ਲਈ ਹਮੇ ਕੰਪਰੈਸਰ ਜ਼ਰੂਰਤ ਪੜਤੀ ਹੈ ਯੇ ਸਰ ਹਮਾਰਾ ਟਾਇਰ ਚੇਂਜਰ ਹੈ ਓਕੇ ਤੇ ਕਿਸੇ ਦੇ ਲੋਇਜ਼ ਨੂੰ ਜਾਂ ਟਾਇਰ ਨੂੰ ਕੰਫਰਟੇਬਲੀ ਆਪਾਂ ਕਰ ਸਕੀ ਕੱਟ ਵਗੈਰਾ ਨਾਲ ਐਂਡ ਸਰ ਯੇ ਜੋ ਯੇ ਵਾਲੀ ਜੋ ਯੇ ਸੈਟਅਪ ਹੈ ਦਿਸ ਵਨ ਯੇ ਸਪੈਸ਼ਲ ਰਨ ਫਲੈਟ ਟਾਇਰ ਕੇ ਲਈ ਲੈ ਰੱਖਾ ਹੈ ਯੇ ਹਰ ਕਿਸੇ ਕੇ ਪਾਸ ਨਹੀਂ ਹੈ ਠੀਕ ਹੈ ਜਿਤਨੇ ਵੀ ਆਪਕੇ BMW ਮੇ ਟਾਇਰ ਜਾਤੇ ਹੋ ਰਨ ਫਲੈਟ ਟਾਇਰ ਜਾਤੇ ਹੈ ਵੋ ਇਸਕੇ ਥਰੂ ਹਮ ਉਸਕੋ ਵੋ ਕਰਤੇ ਹੈ ਆਪਕਾ ਜੋ ਨਿਕਾਲਤੇ ਹੈ ਉਹ ਇਸਕੇ ਥਰੂ ਨਿਕਾਲਤੇ ਹੈ ਠੀਕ ਹੈ ਉਹ ਅਲੱਗ ਚੀਜ਼ ਹੈ ਥੋੜੀ ਜੀ ਇਹ ਅਲੱਗ ਚੀਜ਼ ਹੈ ਕਿ ਰਨ ਫਲੈਟ ਟਾਇਰ ਮੇ ਸਰ ਕੀ ਹੋਤਾ ਹੈ ਆਪਕੇ ਅਲੋਏ ਖਰਾਬ ਹੋਣੇ ਕਾ ਡਰ ਬਹੁਤ ਜ਼ਿਆਦਾ ਹੋਤਾ ਹੈ ਸਪੈਸ਼ਲ ਸਪੈਸ਼ਲ ਇਹ ਮਸ਼ੀਨ ਉਸੀ ਕੇ ਲਈ ਲੈ ਰੱਖੀ ਹੈ ਹਮਨੇ ਠੀਕ ਹੈ ਇਹ ਪੁਰਾਣੇ ਟਾਇਰ ਲੱਥੇ ਹੋਏ ਜਿਹੜੇ ਪਏ ਸਰ ਪੁਰਾਣੇ ਟਾਇਰ ਹੈ ਜੈਸੇ ਕੋਈ ਬਹੁਤ ਪੁਰਾਣੀ ਕੋਈ ਗਾੜੀ ਹੈ ਜਾਂ ਕੁਝ ਵੀ ਹੈ ਕਿਸੇ ਨੂੰ ਚਾਹੀਏ ਕਿ ਨਹੀਂ ਹਮੇ ਨਿਆ ਟਾਇਰ ਨਹੀਂ ਅਫੋਰਡ ਕਰ ਸਕਦਾ ਕੋਈ ਤਾਂ ਉਸਕੇ ਲਈ ਹਮਨੇ ਪੁਰਾਣੇ ਟਾਇਰ ਵੀ ਰੱਖੇ ਹੋਏ ਤੇ ਇੱਕ ਤਾਂ ਤੁਸੀਂ ਦੱਸਤਾ ਕਿ ਵਿਊਅਰਸ ਜਦੋਂ ਮੇਰੇ ਵਲੌਗ ਦੇਖ ਕੇ ਆਉਣ ਤੇ ਤੁਸੀਂ ਉਹਨਾਂ ਨੂੰ ਕੋਈ ਆਫਰ ਦਿਓਗੇ ਸਰ ਹੋਰ ਆਫਰ ਕੋਈ ਸਰ ਆਫਰ ਇਹ ਹੈ ਕਿ ਦੀਵਾਲੀ ਤੱਕ ਜੋ ਵੀ ਆਪਕਾ ਵਲੌਗ ਦੇਖ ਕੇ ਆਏਗਾ ਉਸਕੋ ਹਮ ਫ੍ਰੀ ਆਫ ਕੋਸਟ ਅਲਾਈਨਮੈਂਟ ਕਰਕੇ ਦੇਗੇ ਫ੍ਰੀ ਦੇ ਦਾਂਗੇ ਫ੍ਰੀ ਦੇ ਦਾਂਗੇ ਇਹ ਚੀਜ਼ ਇੱਕ ਬਹੁਤ ਬਾਈ ਨੇ ਤੁਹਾਨੂੰ ਗਿਫਟ ਦੇਤਾ ਤੇ ਕਿਉਂਕਿ ਅਲਾਈਨਮੈਂਟ ਤੋਂ ਬਿਨਾਂ ਗੱਡੀ ਖਤਮ ਹੈ ਭਾਵੇਂ ਤੁਸੀਂ ਕੋਈ 50,000 ਦਾ ਟਾਇਰ ਪਵਾ ਲਓ ਭਾਵੇਂ ਲਾਈਕ ਮੈਂ ਕਹਿੰਦਾ 15 ਦਾ ਪਵਾ ਲਓ ਕਿਉਂਕਿ ਜੇ ਉਹਦੀ ਅਲਾਈਨਮੈਂਟ ਸਹੀ ਨਹੀਂ ਗਈ ਤੇ ਉਹ ਟਾਇਰ ਛੇਤੀ ਖਾਧਾ ਜਾਣਾ ਹੈ ਇੱਥੇ ਪਿਆ ਵੀ ਹੋਣਾ ਕੋਈ ਨਾ ਕੋਈ ਟਾਇਰ ਜਿਹੜਾ ਖਾਧਾ ਹੋਣਾ ਵਾ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਜਿੱਦਾਂ ਹਾਂ ਆਹ ਦੇਖ ਲਓ ਜੇ ਅਲਾਈਨਮੈਂਟ ਨਹੀਂ ਹੋਈ ਤੇ ਇੱਦਾਂ ਟਾਇਰ ਉੱਡ ਜੂਗਾ ਸਾਈਡ ਤੋਂ ਛੇਤੀ ਖਤਮ ਹੋ ਜੂਗਾ ਥ੍ਰੈਟ ਤਾਂ ਕਰਕੇ ਪੰਗਾ ਹੁੰਦਾ ਜਿੱਦਾਂ ਹਾਂ ਆਹ ਵੀ ਪਿਆ ਆਹ ਇੱਕ ਮੇਜਰ ਦਿਖਾ ਦਿੰਦੇ ਹਾਂ ਤੁਹਾਨੂੰ ਆਹ ਸਾਈਡ ਅਲਾਈਨਮੈਂਟ ਨਹੀਂ ਕਰਵਾਈ ਤਾਂ ਸਾਰੀ ਸਾਈਡ ਉੱਡ ਗਈ ਹੈ ਟਾਇਰ ਛੇਤੀ ਘਸ ਗਿਆ ਸਾਰਾ ਵੇਸਟ ਹੈ ਦੂਜਲੇ ਬੰਨੇ ਠੀਕ ਹੈ ਇਸ ਕਰਕੇ ਅਲਾਈਨਮੈਂਟ ਜ਼ਿਆਦਾ ਜ਼ਰੂਰੀ ਹੈ ਇਹ ਬਾਈ ਨੇ ਤੁਹਾਨੂੰ ਫ੍ਰੀ ਕਰਤੀ ਹੈ ਭਾਵੇਂ ਇੱਕ ਵਾਰੀ ਆਓ ਭਾਵੇਂ ਦੋ ਵਾਰੀ ਆਓ ਭਾਵੇਂ ਚਾਰ ਵਾਰੀ ਆਓ ਤੁਹਾਡਾ ਵਲੌਗ ਦੇਖ ਕੇ ਸਾਡੇ ਕੋਲ ਆਏਗਾ ਅਲਾਈਨਮੈਂਟ ਫ੍ਰੀ ਦੀਵਾਲੀ ਤੱਕ ਦੀਵਾਲੀ ਤੱਕ ਠੀਕ ਹੈ ਇਹ ਚੀਜ਼ ਹੈ ਬਾਕੀ ਹੁਣ ਬਾਈ ਕੋਈ ਇੱਧਰ ਦਾ ਕੋਈ ਸੈਟਅਪ ਹੋਰ ਦੱਸਣਾ ਚਾਹੁੰਦੇ ਹੋ ਆਪਾਂ ਨਹੀਂ ਸਰ ਬਿਲਕੁਲ ਯਹਾਂ ਪਰ ਬਿਲਕੁਲ ਪ੍ਰੀਮੀਅਮ ਹੈ ਸਰ ਸਾਰਾ ਆਪ ਦੇਖ ਰਹੇ ਹੈ ਠੀਕ ਹੈ ਹਮਨੇ ਖੁੱਲਾ ਡੁੱਲਾ ਰੱਖਾ ਹੋਇਆ ਸਾਰਾ ਰੱਖਿਆ ਹੋਇਆ ਇਹ ਕਾਫੀ ਨੀਟ ਐਂਡ ਕਲੀਨ ਵੀ ਆ ਤੁਸੀਂ ਆਪਣਾ ਜਦੋਂ ਵੀ ਮਰਜ਼ੀ ਆਓ ਤੇ ਅਲਾਈਨਮੈਂਟ ਕਿੰਨੇ ਕੁ ਟਾਈਮ 'ਚ ਫਿਰ ਕਰਕੇ ਦੇ ਦਿੰਦੇ ਆ ਸਰ ਅਲਾਈਨਮੈਂਟ ਕੇ ਅੰਦਰ ਹਾਰਡਲੀ ਸਰ ਹਮਾਰੇ 5 ਸੇ ਲੈ ਕੇ 7 ਮਿੰਟ ਲੱਗਤੇ ਹੈ ਕਿਉਂਕਿ ਗਾੜੀ ਕੋ ਲਿਫਟ ਕੇ ਉੱਪਰ ਚੜਾਨਾ ਕਰਨਾ ਠੀਕ ਹੈ ਉਸ ਕੇ ਉੱਪਰ 5 ਸੇ ਲੈ ਕੇ 7 ਮਿੰਟ ਕਾ ਟਾਈਮ ਹੈ ਜੋ ਬੈਲੈਂਸਿੰਗ ਕਾ ਟਾਈਮ ਹੈ ਉਸਕੇ ਅੰਦਰ ਲੱਗਤਾ ਹੈ 15 ਸੇ 20 ਮਿੰਟ ਠੀਕ ਹੈ ਹਾਂ ਦੋਵਾਂ ਚੀਜ਼ਾਂ 'ਚ ਫਰਕ ਹੈ ਨਾ ਦੋਨੋਂ ਚੀਜ਼ਾਂ 'ਚ ਫਰਕ ਹੈ ਕਿਉਂਕਿ ਹਮਨੇ ਬੈਲੈਂਸਿੰਗ ਮੇ ਚਾਰੋਂ ਟਾਇਰ ਖੋਲਣੇ ਪੜਤੇ ਹੈ ਵੇਟ ਲਗਾਉਣਾ ਪੜਤਾ ਹੈ ਠੀਕ ਹੈ ਤਾਂ ਉਸਕੇ ਅੰਦਰ 15 ਸੇ 20 ਮਿੰਟ ਲੱਗ ਜਾਂਦੇ ਹੈ ਠੀਕ ਹੈ ਤੇ ਇਸ ਕਰਕੇ ਇਹ ਸੀਗਾ ਇੱਧਰ ਵਾਲਾ ਸੈਟਅਪ ਉਧਰ ਹੁਣ ਆਪਾਂ ਹੁਣ ਸੈਟਅਪ ਮੋਡੀਫਿਕੇਸ਼ਨ ਵਾਲੇ ਬੰਨੇ ਚੱਲਦੇ ਹਾਂ ਉਹ ਸਾਰਾ ਮੋਡੀਫਿਕੇਸ਼ਨ ਦਾ ਸਰ ਸੈਟਅਪ ਹੈ ਤੇ ਉੱਥੇ ਵਿਰਕ ਸਾਹਿਬ ਦੇਖਦੇ ਆ ਹਾਂ ਉਹ ਦੇਖਦੇ ਆ ਸਾਰਾ ਵੈਸੇ ਤਾਂ ਬਾਈ ਇੱਧਰ ਵੀ ਦੇਖਦੇ ਆ ਸਾਰੇ ਕਈ ਵਾਰੀ ਬਾਈ ਤੁਹਾਨੂੰ ਅਵੇਲੇਬਲ ਨਹੀਂ ਮਿਲਣਗੇ ਵਿਰਕ ਸਰ ਆਓ ਹੁਣ ਤੁਹਾਡੇ ਕੋਲ ਡਿਟੇਲ ਲਈਏ ਕਿਉਂਕਿ ਤੁਸੀਂ ਮੋਡੀਫਿਕੇਸ਼ਨ ਦੇ ਜ਼ਿਆਦਾ ਐਕਸਪਰਟ ਹੋ ਹਨਾ ਤੇ ਸਾਰਾ ਸਿਸਟਮ ਆ ਜਾਂਦਾ ਚਲੋ ਸਰ ਆਓ ਹੁਣ ਤੁਹਾਡੇ ਵਾਲੇ ਗਰਾਜ ਵੱਲ ਚੱਲਦੇ ਹਾਂ ਇਹ ਬਾਈ ਅੰਦਰ ਹੀ ਆ ਸਾਰਾ ਕੁਝ ਇਨ ਹਾਊਸ ਹੈ ਸਾਰਾ ਕੁਝ ਤੇ ਬਾਈ ਇੱਧਰ ਫਿਰ ਕੀ ਕਰਦੇ ਹੋ ਇਧਰ ਭਾਜੀ ਆਪਣਾ ਮਕੈਨਿਜ਼ਮ ਹੋ ਗਿਆ ਠੀਕ ਇਧਰ ਸਾਰਾ ਜਿਵੇਂ ਮਕੈਨਿਕਲ ਦਾ ਵੀ ਆ ਜਾਂਦਾ ਸਾਰਾ ਮਕੈਨਿਕਲ ਸਾਰਾ ਹੋ ਗਿਆ ਇਧਰ ਇਹ ਸਾਰਾ ਏਰੀਆ ਰੱਖਿਆ ਹੋਇਆ ਤੇ ਮਕੈਨਿਕਲ ਚ ਭਾਈ ਫਿਰ ਕੀ ਕਰਦੇ ਆ ਪਹਿਲਾਂ ਦਾ ਮਕੈਨਿਕਲ ਚ ਭਾਜੀ ਕੋਈ ਵੀ ਸਸਪੈਂਸ਼ਨ ਵਰਕ ਹੋਵੇ ਬੇਸਿਕ ਮਕੈਨਿਕ ਸਰਵਿਸ ਹੋਵੇ ਠੀਕ ਹੈ ਇੰਜਨ ਦਾ ਕੰਮ ਜਿਵੇਂ ਕੋਈ ਲਗਜ਼ਰੀ ਕਾਰ ਦਾ ਵੀ ਹੋਵੇ ਇਹ ਸਭ ਕਰਦੇ ਹੈਗੇ ਕਰ ਲੈਨੇ ਓਕੇ ਸਭ ਇਨ ਹਾਊਸ ਹੈ ਕੋਈ ਇਸ਼ੂ ਨਹੀਂ ਹੈ ਕਿ ਆਪਾਂ ਬਾਹਰੋਂ ਟੈਕਨੀਸ਼ੀਅਨ ਸੱਦਨੇ ਇਦਾਂ ਕੁਝ ਨਹੀਂ ਹੈ ਸਾਰੀ ਆਪ ਦੀ ਟੀਮ ਹੈ ਠੀਕ ਹੈ
ਤੇ ਸਰਵਿਸ ਵਗੈਰਾ ਫਿਰ ਮਾਰਕੀਟ ਨਾਲੋਂ ਕੋਈ ਪ੍ਰਾਈਸਿੰਗ ਦਾ ਵੀ ਡਿਸਕਾਊਂਟ ਹੈ ਕਿ ਜਾਂ ਫੈਸਿਲਿਟੀਜ਼ ਜ਼ਿਆਦਾ ਦਿੱਤੀਆਂ ਹੋਈਆਂ? ਅਸੀਂ ਫੈਸਿਲਿਟੀਜ਼ 'ਚ ਜ਼ਿਆਦਾ ਡੀਲ ਕਰ ਰਹੇ ਹਾਂ, ਪ੍ਰਾਈਸਿਸ 'ਚ ਸ਼ਾਇਦ ਕੰਪੈਰੀਟਿਵਲੀ ਉਹ ਸੇਮ ਹੀ ਆਉਂਦਾ, ਲੇਕਿਨ ਸਾਡਾ ਜਿਹੜਾ ਇੰਜਨ ਆਇਲ ਮਿਲੇਗਾ ਜਾਂ ਬਾਕੀ ਚੀਜ਼ਾਂ ਮਿਲਣਗੀਆਂ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦਾ ਮਿਲੇਗਾ, ਸੇਮ ਪ੍ਰਾਈਸਿਸ 'ਚ ਤੁਹਾਨੂੰ ਜੋ ਕੁਆਲਿਟੀ ਆ ਉਹ ਉੱਤੋਂ ਉਹਨਾਂ ਤੋਂ ਬੈਟਰ ਮਿਲੂ, ਬੈਟਰ ਮਿਲੂ, ਠੀਕ ਹੈ ਜੀ। ਇਹ ਮਰੂਤੀ ਦਾ ਕੀ ਕਰਦੇ ਲੱਗੇ ਹੋ? ਇਹ ਮਰੂਤੀ ਭਾਅ ਜੀ ਖਤਮ ਸੀ, ਕਹਿ ਲਓ ਡੈਡ ਸੀਗੀ, ਦੇਖੀ ਰਹੀ ਹੋ, ਕਲਾਇੰਟ ਕਹਿੰਦੇ ਕਿ ਇਹ ਦੁਬਾਰਾ ਤੋਂ ਆਪਾਂ ਦੁਲਹਨ ਬਣਾਉਣਾ, ਨਵੀਂ ਬਣਾਉਣਾ, ਬੇਸਿਕਲੀ ਐਂ ਕਹਿ ਲਓ। ਠੀਕ ਹੈ, ਠੀਕ ਹੈ। ਇੱਥੇ ਮੈਂ ਬਾਈ ਦੀ ਗੱਲ ਰੋਕਣ ਲੱਗਿਆ, ਗੱਲ ਕਿਉਂ ਰੋਕਣ ਲੱਗਿਆ ਕਿ ਮੈਨੂੰ ਜੋ ਫੀਲ ਹੋਇਆ ਨਾ ਮਰੂਤੀ ਦੇਖ ਕੇ ਜਾਂ ਬਾਈ ਦੀ ਗੱਲ ਤੋਂ, ਅੱਗੇ ਵੀ ਗੱਲ ਹੋਈ ਸੀ ਇਸ ਚੀਜ਼ 'ਤੇ ਵੀ ਇਹ ਕੀ ਹੈ, ਕਿਉਂਕਿ ਆਫਟਰ ਵਲੋਗ ਸਟਾਰਟ ਕਰਨ ਤੋਂ ਪਹਿਲਾਂ ਮੈਂ ਵੀ ਗੇੜਾ ਮਾਰਿਆ ਸਾਰਾ, ਇਮੋਸ਼ਨਸ ਜੁੜੇ ਹੁੰਦੇ ਆ ਤੁਹਾਡੇ ਗੱਡੀਆਂ ਨਾਲ, ਐਗਜੈਕਟਲੀ, ਕਿਉਂਕਿ ਕਾਰ ਚੀਜ਼ ਹੀ ਇੱਕ ਇੱਦਾਂ ਦੀ ਹੈ ਵੀ ਇਹ ਤੁਹਾਡੀ ਫਸਟ ਸੈਲਰੀ ਤੋਂ ਲਈ ਹੋਈ ਹੈ ਜਾਂ ਤੁਹਾਡੇ ਫਾਦਰ ਦੀ ਹੈ ਜਾਂ ਕਿਸੇ ਦੀ ਵੀ ਹੈ, ਜਦੋਂ ਤੁਸੀਂ ਗਰੋ ਕਰ ਜਾਂਦੇ ਹੋ ਫਿਰ ਤੁਹਾਨੂੰ ਲੱਗਦਾ ਕਿ ਉਹ ਚੀਜ਼ ਨੂੰ ਹੁਣ ਮੈਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ, ਇਸ ਕਰਕੇ ਭਾਵੇਂ ਕਿ ਮਰੂਤੀ ਦੀ ਕੋਸਟ ਆਈ ਥਿੰਕ ਕੋਈ 25-30 ਹਜ਼ਾਰ ਜਾਂ 50 ਹਜ਼ਾਰ ਹੋਊਗੀ, ਪਰ ਮੈਨੂੰ ਲੱਗਦਾ ਵਾ ਕਿ ਇਹ ਜਿਹੜਾ ਸਾਨੂੰ ਤੁਸੀਂ ਖਿਲਾਰ ਲਈ ਹੈ ਇਹਦਾ ਬਿੱਲ ਵੱਧ ਬਣ ਜਾਣਾ, ਹੈ ਨਾ? ਇਹਦਾ ਭਾਈ 1-1.5 ਲੱਖ ਰੁਪਏ ਖਰਚਾ ਆ ਜਾਣਾ, ਇਹਦਾ 1-1.5 ਲੱਖ ਰੁਪਏ ਤੋਂ ਤਲਾ ਰਹੇ ਹੋ, ਇਹਨੂੰ ਤਿਆਰ ਹੋ ਜਾਣਾ, ਕੀ ਕਰਨ ਲੱਗੇ ਇਹਦਾ ਬੇਸਿਕਲੀ? ਇਹਦੇ 'ਚ ਭਾਜੀ ਅੰਦਰੋਂ ਪੂਰਾ ਅਸੀਂ ਸਾਰਾ ਸਿਸਟਮ ਮਤਲਬ ਲੇਟੈਸਟ ਫੀਚਰ ਦੇ ਨਾਲ ਔਰ ਸਾਰਾ ਇੰਟੀਰੀਅਰ ਪੇਂਟ ਹੋਊਗਾ। ਅੱਛਾ, ਮਤਲਬ ਸਾਰਿਆਂ ਨੂੰ ਰੀਸਟੋਰ ਕਰਨ ਲੱਗੇ? ਸਾਰੇ ਰੀਸਟੋਰ ਕਰਾਂਗੇ, ਬਾਹਰੋਂ ਸਾਰੀ ਰੀਪੇਂਟ ਹੋਊਗੀ, ਠੀਕ ਹੈ, ਅਲੋਏ ਟਾਇਰ ਆਉਣਗੇ ਇਹਦੇ 'ਚ, ਓਕੇ, ਮਿਊਜ਼ਿਕ ਸਿਸਟਮ ਵਗੈਰਾ ਸਾਰਾ ਆਊਗਾ ਇਹਦੇ 'ਚ, ਠੀਕ ਹੈ। ਅਤੇ ਇੱਦਾਂ ਦਾ ਚੀਜ਼ਾਂ ਕਲਾਇੰਟ ਚਾਹੁੰਦੇ ਸੀਗੇ ਕਿ ਮੈਂ ਹੁਣ ਜਦੋਂ ਗੱਡੀ ਨਵੀਂ ਬਣਾਉਣ ਲੱਗਾ ਵਾਂ ਤੇ ਮੈਨੂੰ ਉਹੀ ਫੀਲ ਆਵੇ ਜਿਵੇਂ ਮੈਂ ਪਹਿਲੇ ਦਿਨ ਗੱਡੀ ਲੈਣ ਚੱਲਿਆ ਸੀ, ਉਸ ਤੋਂ ਵਧੀਆ ਚੀਜ਼ ਮਿਲੇ। ਤੇ ਫਿਰ ਉਹਨਾਂ ਦੇ ਬੇਟੇ ਨੇ ਕਰਾਉਣ ਲੱਗੇ ਕਿ ਜਾਂ ਇਹ ਅੰਕਲ ਆਪ ਨੇ ਆਪ ਹੀ ਕਰਾਉਣ ਲੱਗੇ? ਉਹ ਕਹਿੰਦੇ ਜੀ ਮੇਰੀ ਇਹ ਪਹਿਲੀ ਗੱਡੀ ਹੈ, ਮੈਂ ਇੱਥੋਂ ਹੀ ਚੱਲਿਆ ਫਿਰਿਆ ਵਾਂ, ਇੱਥੋਂ ਹੀ ਬਣਿਆ ਵਾਂ, ਮੇਰੇ ਬਾਕੀ ਅੱਗੇ ਬੱਚੇ ਸੈਟਅਪ ਨੇ ਉਹਨਾਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਨੇ, ਪਰ ਮੈਂ ਇਹ ਨਹੀਂ ਰੇੜਦਾ, ਉਹਨਾਂ ਦੀ ਮੈਮਰੀਜ਼ ਇਹਨਾਂ ਜੁੜੀਆਂ, ਮੈਮਰੀਜ਼ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆਈ, ਹਿਮਾਚਲ ਤੋਂ ਰੋਡੂ ਤੋਂ ਅੱਗੇ ਪੈਂਦਾ 25-30 ਕਿਲੋਮੀਟਰ ਪੈਂਦਾ, ਉਹ ਹਾਂ ਉਹ ਦੇਖ ਕੇ ਆਏ ਸੀਗੇ, ਸਾਡਾ ਕੋਈ ਰੈਫਰੈਂਸ ਵੀਡੀਓ ਦੇਖ ਕੇ ਆਏ ਸੀਗੇ। ਹਾਂ, ਤੁਸੀਂ ਯੂਟਿਊਬ ਤੇ ਵੀ ਪੋਸਟ ਕਰ ਰਹੇ ਹੋ? ਹਾਂਜੀ, ਮੈਂ ਸੇਮ ਨਾਮ ਨਾਲ ਹੈ ਜਾਂ ਕਿਸ ਨਾਲ? ਰਾਈਡਿੰਗ ਸ਼ਾਈਨ ਦੇ ਨਾਂ ਤੋਂ ਤੁਹਾਨੂੰ ਚੈਨਲ ਮਿਲੂਗਾ, ਵਲੌਗ ਮਿਲੂਗੇ ਸਾਰੇ ਉਹਦੇ ਤੇ, ਔਰ ਇਹਦਾ ਵੀ ਮਿਲੂਗਾ, ਪ੍ਰੋਪਰ ਰੀਸਟੋਰੇਸ਼ਨ ਮਿਲਦੀ ਆ ਉਹਦੇ 'ਚ, ਠੀਕ ਹੈ। ਤੇ ਇੱਕ ਬਈ ਤੁਹਾਡੇ ਪਿੱਛੇ ਚੀਜ਼ ਪਈ ਆ, ਮੈਂ ਦਿਖਾਉਣਾ ਚਾਹੂੰਗਾ ਵਿਊਅਰਸ ਨੂੰ, ਟ੍ਰਾਈ ਸਿਟੀ 'ਚ ਪਿੱਛੇ ਜੇ ਜਾਂ ਵੈਸੇ ਵੀ ਬਹੁਤ ਰੌਲਾ ਪੈਂਦਾ ਬਰਸਾਤਾਂ ਵੇਲੇ ਕਿ ਪਾਣੀ ਚੱਲ ਜਾਂਦਾ, ਉਹਦੇ ਵੀ ਕੋਈ ਸੋਲੂਸ਼ਨਸ ਹੈਗੇ ਆ? ਹਾਂਜੀ ਭਾਅ ਜੀ, ਦੇਖੋ ਕੀ ਹੁੰਦਾ ਕਿ ਬਾਰਿਸ਼ਾਂ ਜਿਵੇਂ 2 ਕੁ ਪਈਆਂ, ਬਹੁਤ ਤਗੜੀਆਂ ਪਈਆਂ ਬਾਰਿਸ਼ਾਂ ਪੈਂਦੀਆਂ, ਔਰ ਰੋਡ 'ਤੇ ਗੱਡੀਆਂ ਹੁੰਦੀਆਂ, ਪਾਣੀ ਵੜ ਜਾਂਦਾ, ਕੰਪੈਕਟ ਐਸਯੂਵੀ ਤਾਂ ਸਾਰੀਆਂ ਗੱਡੀਆਂ 'ਚ ਵੜ ਜਾਂਦਾ, ਸੈਡਾਨ ਗੱਡੀ ਤਾਂ ਆਪਾਂ ਨੂੰ ਉਸ ਦਿਨ ਨਾ ਰੋਡ 'ਤੇ ਕੱਢਣੀ ਚਾਹੀਦੀ ਕਾਦੇ ਨਾਲ, ਅਤੇ ਬਟ ਜਿਹੜਾ ਵੜ ਜਾਂਦਾ ਪਾਣੀ ਕੋਈ ਚੱਕਰ ਨਹੀਂ, ਅਸੀਂ ਬੈਠੇ ਹਾਂ, ਸਾਡੇ ਵਰਗੇ ਹੋਰ ਭਰਾ ਬੈਠੇ ਨੇ, ਗੱਡੀ ਅੰਦਰੋਂ ਖੋਲ੍ਹਣੀ ਪੈਂਦੀ ਹੈ। ਅੱਛਾ, ਸਾਰੇ ਮੈਕਸ ਵਗੈਰਾ? ਮੈਕਸ ਵਗੈਰਾ, ਜਿਵੇਂ ਇਹਦੇ 'ਚ ਕੀ ਹੁੰਦਾ ਕਿ ਆਹ ਜਿਹੜਾ ਹੁੰਦਾ ਨਾ, ਆਹ ਜਿਹੜੀ ਸਟਫ ਹੁੰਦਾ, ਠੀਕ ਹੈ, ਇਹ ਸਾਰਾ ਭਿੱਜ ਜਾਂਦਾ, ਇਹ ਸਾਰਾ ਗਲ ਜਾਂਦਾ, ਗਲ ਜਾਂਦਾ, ਫਿਰ ਅਸੀਂ ਇਹਨੂੰ ਕੱਢ ਕੇ ਸਾਰੇ ਨੂੰ ਵਾਸ਼ ਕਰਦੇ ਹਾਂ ਫਰੈਸ਼ ਵਾਟਰ ਨਾਲ, ਠੀਕ ਹੈ, ਔਰ ਇਹਨੂੰ ਡਰਾਈ ਕਰਨਾ ਪੈਂਦਾ ਨੈਚੁਰਲ ਵੇ ਨਾਲ, ਆਪਾਂ ਹੀਟ ਦੇਵਾਂਗੇ ਨਾ ਇਹ ਸਿਕੜ ਜੂਗਾ, ਸਿਕੜ ਜੂਗਾ, ਸਪੰਜ ਆ ਬੇਸਿਕ, ਸਮਝ ਗਿਆ, ਤੇ ਜੋ ਤੱਕ ਡਰਾਈ ਨਹੀਂ ਹੋਊਗਾ ਅਸੀਂ ਫਿੱਟ ਨਹੀਂ ਕਰ ਪਾਉਂਦੇ। ਮੇਰੀ ਗੱਡੀ ਨਾਲ ਵੀ ਹੋਇਆ, ਅੱਛਾ, ਤਾਂ ਹੀ ਖੋਲੀ ਹੋਈ ਹੈ, ਮੇਰੀ ਆਪਦੀ ਗੱਡੀ ਆ, ਆਪਦੀ ਗੱਡੀ ਆ, ਇਹ ਗੇੜੀ ਛੇੜੀ ਮਾਰਨ ਚੱਲ ਗਿਆ ਜੀ ਸ਼ੌਂਕ ਨੂੰ, ਬਸ ਉਹ ਸਾਰਾ ਕੁਝ ਵੜ ਗਿਆ ਇਹਦੇ 'ਚ ਪਾਣੀ 'ਚ, ਤੇ ਇਹ ਇਹਦੀ ਵਲੌਗ ਵੀ ਬਣਾ ਰਿਹਾ ਮੈਂ ਸਪੈਸ਼ਲੀ ਕਿ ਆਪਾਂ ਨੂੰ ਗੱਡੀ ਰੋਡ 'ਤੇ ਨਹੀਂ ਕਰਨੀ ਚਾਹੀਦੀ, ਖਾਸ ਕਰ ਜਦੋਂ ਪਾਣੀ ਹੋਵੇ, ਠੀਕ ਹੈ, ਰੋਡ 'ਤੇ ਬਾਰਿਸ਼ ਦਾ, ਬਾਰਿਸ਼ ਦਾ, ਠੀਕ, ਔਰ ਸੈਡਾਨ ਗੱਡੀ ਨੂੰ ਤਾਂ ਭੁੱਲ ਕੇ ਵੀ ਨਾ ਕੱਢੋ, ਇਹ ਗੱਡੀਆਂ ਦਾ ਫਿਰ ਵੀ ਸੋਲੂਸ਼ਨ ਹੋ ਜਾਏਗਾ, ਜੇ BM ਮਰਸਡੀਜ਼ ਲੈਕਸਿਸ ਵਗੈਰਾ ਕੱਢ ਲਈ ਨਾ ਫਿਰ ਤਾਂ ਕੰਨਾਂ ਨੂੰ ਹੱਥ ਜਵਾਓ, ਠੀਕ ਹੈ। ਤੇ ਬਾਈ ਫਿਰ ਇਹਦਾ ਲਾਈਕ ਕਿੰਨਾ ਕੁ ਖਰਚਾ ਜਾਂ ਪਹਿਲਾਂ ਹੀ ਤੁਸੀਂ ਦੱਸਿਆ ਹੋਇਆ ਆਲਰੇਡੀ? ਅਸੀਂ ਐਸਟੀਮੇਟ ਪਹਿਲਾਂ ਦਿੰਦੇ ਹਾਂ ਜੀ, ਠੀਕ ਹੈ, ਪ੍ਰੋਪਰ ਸਾਡੀ ਸਾਰੇ ਟਰਮਸ ਪਹਿਲਾਂ ਕੰਡੀਸ਼ਨਸ ਓਕੇ ਹੁੰਦੀਆਂ ਨੇ ਐਂਡ ਦੈਨ ਅਸੀਂ ਓਕੇ ਕਰਦੇ ਹਾਂ, ਕਰ ਦਿੰਦੇ ਹਾਂ। ਇਹ ਵੀ ਕਲਾਇੰਟ ਆਏ ਸੀ ਪਹਿਲਾਂ, ਫਿਰ ਉਸ ਤੋਂ ਬਾਅਦ ਸਾਰੀ ਟ੍ਰਾਈ ਸਿਟੀ ਵੀ ਘੁੰਮੇ ਆ, ਠੀਕ ਹੈ, ਫਿਰ ਦੈਨ ਉਹਨੂੰ ਘੁੰਮ ਕੇ ਉਹ ਕਹਿੰਦੇ ਕਿ ਨਹੀਂ ਤੁਸੀਂ ਕਰੋ। ਚਲੋ, ਹਰੇਕ ਦੇ ਆਪਣੇ ਬਜਟਸ ਹੁੰਦੇ ਆ, ਬਜਟ ਕਿਸੇ ਦੇ ਕੰਮ ਜਿਹੜੇ, ਠੀਕ ਹੈ। ਇਹ ਆਈ ਥਿੰਕ ਕੋਟਿੰਗ ਏਰੀਆ ਜਾਂ PPF ਏਰੀਆ ਆ ਗਿਆ ਨਾ ਤੁਹਾਡਾ, ਉਹ ਆ ਗਿਆ। ਇਹ ਸੋਨਟ ਆਪਾਂ ਕਰ ਰਹੇ ਹਾਂ ਜੀ, ਗ੍ਰੈਫਿਨ ਕੋਟ ਕਰ ਰਹੇ ਹਾਂ, ਠੀਕ ਹੈ। ਇਹ ਲਗਜ਼ਰੀ ਸੈਗਮੈਂਟ ਵੀ ਇੱਕ ਤੁਸੀਂ ਖਿਲਾ ਰਿਹਾ ਹੈ ਨਾ? ਇਹ ਭਾਜੀ PPF ਕਰ ਰਹੇ ਹਾਂ ਜੀ, ਇਹਦੇ ਤੇ PPF ਕਰ ਰਿਹਾ, ਓਕੇ, PPF, ਇਹ EV6 ਆ, ਠੀਕ ਹੈ। ਤੇ ਸਭ ਤੋਂ ਵੱਡੀ ਗੱਲ PPF ਆਪਾਂ ਲੋਕ ਕਰਾਉਂਦੇ ਤੇ ਸਾਰੇ ਹੀ ਆ,
ਨਵੀਂ ਗੱਡੀ ਨੂੰ ਸਾਰੇ ਡਿਸਮੈਂਟਲ ਵੀ ਕਰ ਲੈਂਦੇ ਆ, ਕਰਦੇ ਅਸੀਂ ਵੀ ਆ, ਕੋਈ ਅਸੀਂ ਬਾਹਰ ਨਹੀਂ ਉਹਨਾਂ ਤੋਂ, ਬਟ ਕਲਾਇੰਟ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਕਿ ਅਸੀਂ ਇਹਨੂੰ ਡਿਸਮੈਂਟਲ ਨਹੀਂ ਕਰਨਾ, ਪਰ ਅਸੀਂ ਇਹਨੂੰ ਕੋਈ ਵੀ ਇੱਕ ਪੀਸ ਡਿਸਮੈਂਟਲ ਨਹੀਂ ਕਰਨਾ, ਈਵਨ ਇੱਕ ਲੋਗੋ ਤੱਕ ਡਿਸਮੈਂਟਲ ਨਹੀਂ ਕਰਨਾ, ਉਦਾਂ ਹੀ ਕਰਾਂਗੇ ਸਾਰੇ ਸਾਰੇ ਉਦਾਂ, ਉਹਦੇ 'ਚ ਫਰਕ ਜ਼ਿਆਦਾ ਨਹੀਂ ਆਉਂਦਾ, ਜਿਹੜੇ ਲੋਗੋ ਦੀ ਥਾਂ 'ਤੇ ਮਾੜੀ ਮੋਟੀ ਕਿਤੇ ਆਉਣ ਵਾਲੇ ਟਾਈਮ 'ਚ ਡਸਟ ਆ ਸਕਦੀ ਹੈ, ਬਾਕੀ ਕੋਈ ਫਿਨਿਸ਼ਿੰਗ 'ਚ ਫਰਕ ਨਹੀਂ, ਫਰਕ ਨਹੀਂ ਪੈਂਦਾ, ਠੀਕ ਹੈ। ਇਹਨੂੰ ਕੀ ਕਰਨ ਲੱਗੇ ਹੋ? ਇਹਨੂੰ ਭਾਅ ਜੀ ਗ੍ਰੈਫਿਨ ਕੋਟ ਕਰਨ ਲੱਗੇ ਆ। ਅੱਛਾ, ਉਹ ਵੀ ਕਰਦੇ ਆ, ਬਜਟ ਦੇ ਹਿਸਾਬ ਨਾਲ ਚੱਲਦਾ ਇਹ ਭਾਈ। ਕਿਹੜੇ ਕਿਹੜੇ ਬ੍ਰਾਂਡਸ ਦੀਆਂ ਸਾਡੇ ਕੋਲ ਅਵੇਲੇਬਲ ਆ, ਜਾਂ ਕੀ PPF ਜਾਂ ਕਿਹੜੀ ਕਿਹੜੀ ਅਵੇਲੇਬਲ ਆ, ਜਾਂ ਲਾਈਕ ਕੋਟਿੰਗ ਕਿਹੜੀ ਕਿਹੜੀ ਅਵੇਲੇਬਲ ਆ? ਕੋਟਿੰਗ ਸਾਡੇ ਕੋਲ ਸਰ 9H ਹੈਗੀ ਹੈ, 9H ਪਲੱਸ ਹੈਗੀ ਹੈ, ਔਰ ਗ੍ਰੈਫਿਨ ਕੋਟ ਹੈਗੀ ਹੈ। ਸਭ ਤੋਂ ਵਧੀਆ ਗ੍ਰੈਫਿਨ ਚੱਲਦੀ ਹੈ ਅੱਜ ਦੇ ਟਾਈਮ 'ਚ, ਔਰ ਤੁਸੀਂ ਇਹ ਲਾ ਲਓ ਕਿ ਪਿਛਲੇ 4 ਸਾਲ ਤੋਂ ਮੈਨੂੰ ਨਹੀਂ ਲੱਗਦਾ ਮੈਂ ਕੋਈ ਗ੍ਰੈਫਿਨ ਤੋਂ ਇਲਾਵਾ ਕੋਈ ਕੋਟਿੰਗ ਕੀਤੀ, ਬਿਕੋਜ਼ ਸਾਰੇ ਲੋਕ ਚਾਹੁੰਦੇ ਨੇ ਕਿ ਹਰ ਗੱਡੀ 'ਤੇ ਜੇ ਕੋਟਿੰਗ ਕਰਾਉਣ ਲੱਗੇ ਮੈਂ 5-7 ਹਜ਼ਾਰ ਦਾ ਕੋਈ ਫਰਕ ਨਹੀਂ ਦਿਖਦਾ। ਦੂਜਾ ਇਹ ਗੱਡੀ ਹੈ ਕੰਪੈਕਟ SUV ਸਾਰੀ ਅੰਦਰੋਂ ਖੋਲੀ ਹੈ, ਜਿਵੇਂ ਮੈਂ ਪਾਣੀ ਦੀ ਗੱਲ ਕਰ ਰਿਹਾ ਸੀ, ਅਤੇ ਇਹਨੂੰ ਖੋਲਣਾ ਪਿਆ ਸਾਨੂੰ, ਇਹ ਸਾਰਾ ਪਾਣੀ ਉਹ ਕਾਰਪਟ ਦੇਖ ਰਹੇ ਹੋ ਇਹਦੀ, ਇਹਦਾ ਹੀ ਸੀ, ਔਰ ਇਹਦੇ ਵਿੱਚ ਐਂ ਲਾ ਲਓ ਸੀਟਸ ਵਗੈਰਾ ਵੀ ਤਾਂ ਹੀ ਕੱਢ ਕੇ ਰੱਖੀ। ਹਾਂਜੀ 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 ਹਾਂਜੀ, ਠੀਕ ਹੈ। ਤੇ ਬਈ ਕੋਈ ਸੀਟਸ ਕਵਰ ਵਗੈਰਾ ਅਸੈਸਰੀਜ਼? ਅਸੀਂ ਸੀਟ ਕਵਰ ਕਰਦੇ ਆ, ਉਹਦੇ ਵਿੱਚ ਕਸਟਮਾਈਜ਼ ਰਹਿੰਦਾ ਸਾਰਾ। ਅੱਛਾ, ਅਸੀਂ ਇਹ ਨਹੀਂ ਕਿ ਰੈਡੀਮੇਡ ਆਏ ਤੇ ਚੱਕ ਕੇ ਥੀਮ ਸਿਸਟਮ ਕਰਦੇ ਹੋ ਤੁਸੀਂ? ਥੀਮ ਸਿਸਟਮ, ਠੀਕ ਹੈ। ਇਹ ਮੇਜਰ ਗੱਲ ਚਲੋ ਆਪਾਂ ਮਿਸ ਕਰ ਜਾਣੀ ਆ, ਕੋਟਿੰਗ ਫਿਰ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀ ਹੈ, ਮੰਨ ਕੇ ਚਲੋ ਇਸ ਗੱਡੀ ਦੇ ਕਿਸੇ ਨੇ ਕਰਾਉਣੀ ਜਾਂ ਸੈਗਮੈਂਟਸ ਵਾਈਜ਼ ਹੁੰਦੀ ਹੈ ਨਾ? ਭਾਜੀ ਵੈਸੇ ਤਾਂ ਸੈਗਮੈਂਟ ਵਾਈਜ਼ ਹੁੰਦੀ ਹੈ, ਠੀਕ ਹੈ, ਲੇਕਿਨ ਕੋਟਿੰਗ ਉਹ ਬੇਸਿਕ ਕੋਟਿੰਗ ਦੀ ਗੱਲ ਕਰੀਏ 5 ਹਜ਼ਾਰ ਤੋਂ ਸਟਾਰਟ ਹੋ ਜਾਂਦੀ ਹੈ, ਬਟ ਜੇ ਆਪਾਂ ਸਿਰੈਮਿਕ ਵਾਲੀ ਰੇਂਜ ਤੋਂ ਸ਼ੁਰੂ ਕਰੀਏ ਤਾਂ ਆਪਣਾ ਲਾ ਕੇ ਚਲੋ 17-18 ਹਜ਼ਾਰ ਤੋਂ ਸਟਾਰਟ ਹੁੰਦੀ ਹੈ, ਠੀਕ ਹੈ, ਤੇ ਉਹ ਤੋਂ ਬਾਅਦ ਫਿਰ 50 ਹਜ਼ਾਰ ਤੱਕ ਭਾਵੇਂ ਤੁਸੀਂ ਲਾ ਲਓ, ਉਹ ਤਾਂ ਤੁਹਾਡੇ ਪਾਕਿਟ ਸਾਈਜ਼ ਤੇ ਡਿਪੈਂਡ ਕਰਦਾ ਹੈ ਜੀ। PPF ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਫਿਰ? PPF ਅਸੀਂ ਸਿਰਫ ਗਰਵਾਰੇ ਕਰ ਰਹੇ ਹਾਂ ਜੀ, ਠੀਕ ਹੈ ਜੀ। ਗਰਵਾਰੇ ਦੇ 3 ਪ੍ਰੋਡਕਟ ਆਉਂਦੇ ਨੇ, ਇੱਕ ਪਲੱਸ ਆਉਂਦਾ, ਇੱਕ ਪ੍ਰੀਮੀਅਮ ਆਉਂਦਾ, ਇੱਕ ਟਾਈਟੇਨੀਅਮ ਆਉਂਦਾ, ਠੀਕ ਹੈ ਜੀ। ਔਰ ਰੀਸੈਂਟਲੀ ਅਸੀਂ ਗਰਵਾਰੇ ਦੇ ਆਥੋਰਾਈਜ਼ ਡੀਲਰ ਵੀ ਹੋ ਜਾਾਂਗੇ, ਉਹਨਾਂ ਦੀ ਲਾਂਚਿੰਗ ਅਲੱਗ ਤੋਂ ਸੈਪਰੇਟ ਪਾਰਟ ਆ, ਬਟ ਇੱਕ ਉਹਦੇ 'ਚ ਟਾਈਟੇਨੀਅਮ ਵੀ ਆਉਂਦੀ ਹੈ, ਇਹਦੇ 'ਤੇ ਅਸੀਂ ਪ੍ਰੀਮੀਅਮ ਕਰ ਰਹੇ ਹਾਂ, ਜਿੱਦਾਂ ਤੁਸੀਂ ਦੇਖਿਆ ਪਲੱਸ ਪ੍ਰੀਮੀਅਮ ਸਾਰੇ ਪਏ ਹੋਏ ਨੇ, ਦਿਖਾ ਵੀ ਦਿੰਦੇ ਹਾਂ ਨਾ, ਸੈਟਅਪ ਵੀ ਲਾਇਆ ਸੀ ਤੁਹਾਨੂੰ ਦਿਖਾਉਣ ਵਾਸਤੇ ਕਿ ਇਹ ਸਿਸਟਮ ਹੁੰਦਾ। ਓਕੇ, ਇਹ ਗਰਵਾਰੇ ਦਾ ਤੁਸੀਂ ਆਲਰੇਡੀ ਕਰ ਹੀ ਰਹੇ ਹੋ, ਯੈਸ, ਤੇ ਇਹ ਸਾਰੇ ਅੱਗੇ ਕੋਟਿੰਗ ਵਗੈਰਾ, ਇਹ ਕੋਟਿੰਗਸ ਹੋ ਗਈ ਜਿਵੇਂ ਵਿਸਟਾ ਦੀਆਂ ਹੋ ਗਈਆਂ, ਫਿਰ ਨੈਨੋ ਕੋਟਿੰਗ ਹੋ ਗਿਆ, ਸਾਰੇ ਬ੍ਰਾਂਡ ਆਉਂਦੇ ਨੇ ਸਾਰੇ ਆ ਜਾਂਦੇ, ਇਹਦੇ 'ਚ ਆਪਾਂ ਇੱਕ ਬ੍ਰਾਂਡ ਚੱਕ ਕੇ ਆਪਾਂ ਉਹਨੂੰ ਪ੍ਰਮੋਟ ਨਹੀਂ ਕਰ ਸਕਦੇ, ਬਿਕੋਜ਼ ਘੁੰਮ ਫਿਰ ਕੇ ਕਈ ਵਾਰੀ ਕਿਸੇ ਦਾ ਕੋਈ ਬਜਟ ਹਾਈ ਹੈ, ਕਿਸੇ ਦਾ ਘੱਟ ਹੈ, ਜਾਂ ਲਮਾਰ ਵੀ ਆਉਂਦੀ ਹੈ ਜਾਂ ਕਈ ਹੋਰ ਵੀ ਆਉਂਦੀਆਂ ਨੇ, ਭਾਜੀ ਕਾਜ ਦੇ ਨਾਲ ਗੱਲ ਕੀ ਹੁੰਦੀ, ਸਾਰੀ ਕੋਟਿੰਗ ਆਉਂਦੀ ਹੈ ਚਾਈਨਾ ਤੋਂ ਜਾਂ ਫਿਰ ਕੋਈ ਜਰਮਨੀ ਦੇ ਪ੍ਰੋਡਕਟ ਸੋਹਣੇ ਹੈਗੇ ਨੇ, ਸਮਝ ਗਏ, ਲੇਬਲਿੰਗ ਮੈਂ ਆਪਣੀ ਰਾਈਡ ਐਂਡ ਸ਼ਾਈਨ ਦੀ ਲਾ ਕੇ ਵੇਚਦਾ, ਜਾਂ ਕੋਈ ਹੋਰ ਲਾ ਕੇ ਵੇਚਦੇ, ਉਹ ਗੱਲ ਵੱਖਰੀ ਆ, ਅਸੀਂ ਜੋ ਚੀਜ਼ ਹੈਗੀ ਹੈ ਜਿੱਦਾਂ ਦੀ ਹੈਗੀ ਹੈ ਉਦਾਂ ਦਿਖਾਣੀ, ਉਹਦੇ 'ਚ ਕੁਆਲਿਟੀ ਆਉਂਦੀ ਆ, ਇੱਕ ਕੁਆਲਿਟੀ 10 ਰੁਪਏ ਦੀ ਆ ਗਈ, ਇੱਕ 20 ਦੀ ਆ ਗਈ, ਇੱਕ 25 ਦੀ ਆ ਗਈ, ਮੇਰੇ ਹਿਸਾਬ ਨਾਲ ਇੱਕ ਮੈਂ ਇੱਥੇ ਇੱਕ ਗੱਲ ਇਹ ਜ਼ਰੂਰ ਕਹਿਣੀ ਚਾਹੂੰਗਾ ਵੀ ਮੈਟਰ ਕਰਦਾ ਸਰਵਿਸ ਕਿਹੜਾ ਬੰਦਾ ਕਿੱਦਾਂ ਦੀ ਦੇ ਰਿਹਾ ਹੈ ਨਾ। ਕਹਿੰਦੇ ਹੁੰਦੇ ਆ ਵੀ ਟਾਵਲ ਕਿਸੇ ਕੰਪਨੀ ਦਾ ਬ੍ਰਾਂਡ ਦਾ ਲੈਤਾ ਹੈ, ਆਮ ਲੈ ਜਾਂਦਾ ਵੇ, ਉਹਦਾ ਕੰਮ ਕੀ ਹੈ? ਉਹ ਜਿਹਨੂੰ ਪਤਾ ਆ ਉਹੀ ਉਹਨੂੰ ਸਹੀ ਜਗ੍ਹਾ ਯੂਜ਼ ਕਰ ਸਕਦਾ, ਅਤੇ ਉਹ ਉੱਦਾਂ ਹੀ ਹੈ, ਜਦੋਂ ਬੇਸ ਹੀ ਸਹੀ ਨਹੀਂ ਹੈਗਾ ਤਾਂ ਫਿਰ ਉਹ ਚੀਜ਼ਾਂ ਨਹੀਂ। ਕੋਸ਼ਿਸ਼ ਵੀ ਆਫਟਰ ਸੇਲ ਸਰਵਿਸ ਦੀ ਰਹਿੰਦੀ ਹੈ ਸਾਡੀ, ਕਿ ਕੋਈ ਵੀ ਸਰਵਿਸ ਤੁਸੀਂ ਅਵੇਲ ਕਰੋ ਉਹ ਤੋਂ ਬਾਅਦ ਦਾ ਜਿਹੜਾ ਰਿਸਪੋਂਸ ਉਹ ਮੈਟਰ ਕਰਦਾ, ਮੈਟਰ ਕਰਦਾ, ਠੀਕ ਹੈ। ਅਤੇ ਇਹ ਫਿਰ ਲਾਈਕ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀ ਹੈ PPF? PPF ਅਗੇਨ ਸੈਗਮੈਂਟ ਵਾਈਜ਼ ਹੈ, 82,000 ਤੋਂ ਸਟਾਰਟ ਹੁੰਦੀਆਂ ਨੇ, ਠੀਕ ਹੈ, ਜੇ ਪਲੱਸ ਦੀ ਆਪਾਂ ਰੇਂਜ ਦੀ ਗੱਲ ਕਰੀਏ, ਓਕੇ, ਜਿਵੇਂ ਇਸ ਗੱਡੀ ਦੀ 1,25,000 ਰੁਪਏ ਦੀ ਅਸੀਂ ਕਰ ਰਹੇ ਹਾਂ, ਕਰ ਰਹੇ ਹਾਂ, ਮਤਲਬ ਉਹ ਡਿਪੈਂਡ ਕਰਦਾ ਕਿ ਗੱਡੀ ਟੂ ਗੱਡੀ ਵੈਰੀ ਕਰਦਾ, ਜੇ ਇਹੀ ਪ੍ਰੀਮੀਅਮ ਕੁਆਲਿਟੀ ਦੀ ਅਸੀਂ ਕਿਸੇ ਹੋਰ ਗੱਡੀ 'ਤੇ ਕਰ ਰਹੇ ਹਾਂ, ਸਪੋਜ਼ ਉਹਦੇ 'ਚ ਸਾਡੀ ਹੈਂਡਲਿੰਗ ਥੋੜ੍ਹੀ ਜਿਹੀ ਹਲਕੀ ਹੈ, ਸੌਖੀ ਹੈ, ਤਾਂ ਉਹ ਫਿਰ ਥੋੜ੍ਹਾ ਜਿਹਾ ਲਿਹਾਜ਼ ਪਿਆਰ ਜਿਹੜਾ ਹੁੰਦਾ ਉਹਨਾਂ ਕੋਲ ਫਰਕ ਪੈ ਜਾਂਦਾ, ਠੀਕ ਹੈ। ਅਤੇ ਇਸ ਕਰਕੇ ਬਈ ਇਹ ਸਿਸਟਮ ਉਹਦੇ ਲਈ ਤੁਸੀਂ ਕਾਲ ਹੀ ਕਰਿਓ, ਮੈਂ ਨੰਬਰ ਚੱਲ ਰਿਹਾ ਨਾਲ ਹੀ, ਅਤੇ ਇਹ ਸੀਟਸ, ਇਹ ਸੀਟ ਇਹਨਾਂ ਦੇ ਸੀਟ ਕਵਰ ਦਾ ਕੰਮ ਕਰਨਾ, ਕਸਟਮਾਈਜ਼ ਆ ਉਹਨਾਂ ਨੂੰ ਕਿ ਇੰਟੀਰੀਅਰ ਨਾਲ ਮੈਚ ਕਰਕੇ ਕਰਨਾ ਹੋਵੇ, ਕਿੱਦਾਂ ਕਰਨਾ ਹੋਵੇ, ਸ਼ੇਡ ਕਾਰਸ ਅਵੇਲੇਬਲ ਹੁੰਦੇ ਨੇ ਜੋ ਤੁਹਾਨੂੰ ਚਾਹੀਦਾ, ਅਸੀਂ ਰੈਡੀਮੇਡ ਨਹੀਂ ਰੱਖਿਆ ਕੁਛ ਵੀ, ਜੇ ਕੋਈ ਵੀ ਕਲਾਇੰਟ ਆ ਕੇ ਕਹੇ ਕਿ ਹੁਣੇ ਮੈਨੂੰ 2 ਘੰਟੇ 'ਚ ਪਾ ਕੇ ਦੇ ਦਿਓ, ਅਸੀਂ ਉਹ ਕੰਮ ਨਹੀਂ ਕਰਨਾ, ਨਹੀਂ ਰੱਖਿਆ, ਤੁਸੀਂ ਆਪ ਜਿੰਨੇ ਸ਼ੌਂਕ ਨਾਲ ਕੰਮ ਕਰਨਾ ਉਹੀ ਹੈ, ਜਿਵੇਂ ਇਹਦੇ 'ਚ ਵੀ ਕਰਨਾ,
ਇਹ ਸਾਰੇ ਪ੍ਰੋਪਰ ਸਾਡੇ ਸਿਲੈਕਟਿਡ ਨੇ ਕਿ ਬਈ ਇਹਦੇ ਨਾਲ ਟੈਨ ਔਰ ਇੰਟੀਰੀਅਰ ਬਲੈਕ ਨਾਲ ਗੱਲ ਚੱਲ ਰਹੀ ਹੈ। ਚਲਦੀ ਓਕੇ ਠੀਕ ਹੈ। ਹੁਣ ਇੱਕ ਚੀਜ਼ ਮੈਂ ਇੱਥੇ ਵਿਊਵਰਸ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਇਹ ਫਿਲਹਾਲ ਸੀਟ ਦੀ ਕੰਡੀਸ਼ਨ ਦੇਖ ਸਕਦੇ ਹੋ ਅਤੇ ਹੁਣ ਆਫਟਰ ਤੁਸੀਂ ਬਾਈ ਦੇ ਪੇਜ 'ਤੇ ਜਾਂ ਇਹਨਾਂ ਦੇ ਇੰਸਟਾ 'ਤੇ ਜਾਂ ਉੱਥੇ ਜ਼ਰੂਰ ਵੇਖਿਓ ਵੀ ਇਹ ਹਾਲ ਆਹ ਸੀ ਅਤੇ ਇਹਨਾਂ ਨੇ ਵੀ ਉੱਥੇ ਪੋਸਟ ਕਰਨੀ ਹੈ ਵੀਡੀਓ ਵੀ ਕਿੱਦਾਂ ਦੀ ਗੱਡੀ ਰੀਸਟੋਰ, ਕਿਉਂਕਿ ਇਹਨਾਂ ਨੇ ਫੁੱਲੀ ਉਹਦੀ ਵੀਡੀਓ ਬਣਾਉਣਗੇ। ਜ਼ਰੂਰ ਬਣਾਇਓ ਬਾਈ, ਭਾਵੇਂ ਪੋਸਟ ਜ਼ਰੂਰ ਕਰਿਓ ਠੀਕ ਹੈ। ਸਬਸਕ੍ਰਾਈਬ ਕਰਨਾ ਪੈਣਾ ਪਹਿਲਾਂ ਤੁਹਾਡੇ ਵੀਵਰਸ ਨੂੰ ਸਾਡੇ ਵਾਸਤੇ ਕਰ ਲੈਣਾ ਉਹ ਤੇ ਸ਼ਰਤ। ਇੱਧਰ ਬਾਈ ਪੇਂਟ ਬੂਥ ਹੈ, ਇਹ ਪੇਂਟ ਬੂਥ ਹੈ ਬਾਈ, ਪੇਂਟ ਏਰੀਆ ਅਜੇ ਇਹਦਾ ਰੈਨੋਵੇਸ਼ਨ ਦੁਬਾਰਾ ਤੋਂ ਕਰ ਰਹੇ ਹਾਂ। ਚੀਜ਼ਾਂ ਲਈ ਯੂਜ਼ ਕਰ ਲੈਂਦੇ ਹੋਵੋਗੇ, ਕੋਟਿੰਗ ਲਈ ਵੀ ਹੋ ਗਿਆ ਔਰ ਪੇਂਟ ਲਈ ਵੀ ਹੋ ਗਿਆ। ਫਿਲਹਾਲ ਜਿਵੇਂ ਇਹਨੂੰ ਰੈਨੋਵੇਸ਼ਨ ਤੇ ਪਾਇਆ ਸੀ ਹੁਣੇ ਕਿ 17 ਤਰੀਕ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਗਰਵਾਰੇ ਨਾਲ ਰੀਲੌਂਚ ਕਰ ਰਹੇ ਹਾਂ ਆਪਾਂ ਕਿ ਆਥੋਰਾਈਜ਼ ਡੀਲਰ ਦੇ ਹਿਸਾਬ ਨਾਲ, ਤੇ ਇਹ ਸਾਰਾ ਫਿਰ ਤੁਹਾਨੂੰ ਇੱਕ ਨਵੀਂ ਲੁੱਕ ਨਾਲ ਮਿਲੂਗਾ ਤੇ ਇਸ ਕਰਕੇ ਸਾਰਾ ਹੌਚ ਪੁੱਛ ਸੀ ਥੋੜਾ ਜਿਹਾ ਕਰਿਆ ਹੋਇਆ, ਸਾਰਾ ਕਰਿਆ ਠੀਕ ਹੈ। ਹਾਂਜੀ ਆਓ ਉੱਧਰ ਹੋਰ ਚੱਲਦੇ ਹਾਂ, ਤੁਹਾਡਾ ਵਾਸ਼ਿੰਗ ਵੀ ਕਹਿੰਦੇ ਕਾਫੀ ਫੇਮਸ ਹੈ ਕਿ ਬਾਈ ਹੁਣੀ ਕਹਿੰਦੇ ਟਾਈਮ ਨਾਲ ਬਹੁਤ ਛੇਤੀ ਕਰਕੇ ਦਿੰਦੇ ਆ ਇੱਕ ਦੇ ਨਾਲੇ। ਇਹ ਬਾਈ ਹੁਣਾਂ ਦਾ ਪਹਿਲਾ ਸੈਟਅਪ ਸੀਗਾ, ਇੱਥੇ ਪ੍ਰੋਪਰ ਆਫਿਸ ਵਗੈਰਾ ਬਣਿਆ ਸੀ, ਅੰਦਰ ਅੰਦਰ ਘੁੰਮੀ ਜਾਂਦੇ ਆ ਵਿਊਅਰਸ ਕਨਫਿਊਜ਼ ਨਾ ਹੋ ਜਾਣ, ਇੱਧਰ ਵੀ ਲਾਂਚ ਬਣਾਇਆ ਹੋਇਆ ਕਿਉਂਕਿ ਬਾਹਰੋਂ ਵੀ ਤੁਹਾਨੂੰ ਦਿਖਾ ਦਾਂਗੇ ਅਸੀਂ, ਸਾਨੂੰ ਸੀ ਵੀ ਅੰਦਰ ਅੰਦਰ ਦਿਖਾਉਂਦੇ। ਇਹ ਬਾਈ ਮੈਂ ਕਹਿੰਦਾ ਆਪਾਂ ਇੱਥੋਂ ਚੱਲੀਏ, ਇਹ ਸੈਟਅਪ ਕੀ ਹੈ? ਇਹ ਭਾਜੀ ਰੈਪਸ ਨੇ ਸਾਰੇ, ਜਿਵੇਂ ਗੱਡੀ ਦੇ ਉੱਪਰ ਆਪਾਂ ਕਲਰ ਥੀਮ ਜਿਵੇਂ ਦਿੱਲੀ ਸਾਈਡ ਜ਼ਿਆਦਾ ਚੱਲਦਾ ਆਪਣਾ, ਤੇ ਇੱਧਰ ਚੰਡੀਗੜ੍ਹ ਪੈ ਜਾਂਦਾ। ਚੰਡੀਗੜ੍ਹ ਦੀਆਂ ਰਿਸਟ੍ਰਿਕਸ਼ਨਸ ਬਹੁਤ ਨੇ ਪਰ ਜੇ ਕੋਈ ਆਰਟੀਓ ਤੋਂ ਚੇਂਜ ਕਰਾ ਦਿੰਦਾ, ਤੇ ਅਸੀਂ SLK ਕਰੀ ਸੀ ਇੱਕ ਰੈੱਡ ਵਾਲਾ ਕਲਰ ਜੋ ਦੇਖ ਰਹੇ ਹੋ, ਸਾਰੀ SLK ਕਰੀ ਸੀ। ਰੈਪ ਕਿਸੇ ਪ੍ਰਿੰਟਡ ਕਰਾਉਣੇ ਉਹ ਵੀ ਹੋ ਜਾਣਗੇ ਸਾਰੇ? ਹੋ ਜਾਣਗੇ, ਪ੍ਰਿੰਟਡ ਨਹੀਂ ਕਰਦੇ, ਅੱਛਾ ਨਹੀਂ ਕਰਦੇ, ਕਿਉਂਕਿ ਸਾਡੇ ਕੋਲ ਇਧਰ ਨਾ ਇਦਾਂ ਇੰਨੀ ਮਾਰਕੀਟ ਹੈ ਨਹੀਂ ਡਿਊ ਟੂ ਅਗੇਨ ਕਿ ਚੰਡੀਗੜ੍ਹ ਆਰਟੀਓ ਦੀ ਵਜ੍ਹਾ ਨਾਲ, ਕਿਉਂਕਿ ਉੱਥੇ ਰਿਸਟ੍ਰਿਕਸ਼ਨਸ ਨੇ ਉਹ ਤਾਂ ਸਾਰੇ ਕਿਤੇ ਗਏ, ਚਲੋ ਉਹ ਚੀਜ਼ ਮੰਨਣੀ ਵੀ ਚਾਹੀਦੀ ਹੈ ਨਾ, ਤੇ ਉਸ ਕਰਕੇ ਅਸੀਂ ਪ੍ਰਿੰਟਡ 'ਚ ਫਿਰ ਜ਼ਿਆਦਾ ਨਹੀਂ ਗਏ। ਅਸੀਂ ਬੇਸਿਕ ਰੈਪ ਹੈ ਜੋ ਸਾਰੀ ਹੈ, ਇਹਦੀ ਵੀ 5 ਸਾਲ ਦੀ ਅਸੀਂ ਗਰੰਟੀ ਦੇ ਨਾਲ ਗਰੰਟੀ ਦਿੰਦੇ ਠੀਕ ਹੈ ਓਕੇ। ਬਾਕੀ ਛੋਟੀ ਅਸੈਸਰੀਜ਼, ਐਂਬੀਅੰਸ ਲਾਈਟਸ, ਹਾਂ ਹੌਰਨ ਫਿਰ ਜਿਹੜਾ ਯੂਜ਼ ਅਸੀਂ ਡੇਲੀ 'ਚ ਕਰ ਸਕਦੇ ਹਾਂ ਜਾਂ ਯੂਨੀਵਰਸਲ ਕਾਰਸ ਲਈ ਅਸੀਂ ਕਰ ਸਕਦੇ ਹਾਂ, ਸਪੈਸੀਫਿਕਲੀ ਕੋਈ ਗੱਡੀ ਵਾਸਤੇ ਥੋੜੇ ਬਹੁਤੇ ਪਲੇਅਰਸ ਵੀ ਨਾਲ ਰੱਖੇ ਹੈ ਨਾ, ਲਾਈਕ ਕੋਟਿੰਗਸ ਆ ਗਏ ਟਾਵਰ ਵਗੈਰਾ। ਇਹ ਬੇਸਿਕਲੀ ਜਿਵੇਂ ਅਸੀਂ ਪਲੇਅਰਸ ਜਿਵੇਂ ਹੁਣ ਗੱਡੀ ਰੀਸਟੋਰ ਕਰ ਰਹੇ ਹਾਂ, ਸਾਨੂੰ ਆਪ ਨਹੀਂ ਲੋਡ ਪੈਂਦੀ ਹੈ ਤੇ ਉਦਾਂ ਕੋਈ ਰੈਂਡਮ ਕਲਾਇੰਟ ਆਉਂਦਾ, ਚਲੋ ਡਿਫਰੈਂਟ ਥਿੰਗ ਹੈ, ਤੇ ਉਹੀ ਅਗੇਨ ਚੀਜ਼ਾਂ ਨੇ ਕਿ ਉਹ ਸਾਰੀਆਂ ਚੀਜ਼ਾਂ ਨੇ ਕਿ ਜਿੱਦਾਂ ਸਾਨੂੰ ਆਪ ਨੂੰ ਲੋਡ ਪੈਂਦੀ ਰਹਿੰਦੀ ਹੈ ਠੀਕ ਹੈ। ਪਰ ਫ੍ਰੈਗਰੈਂਸਸ ਵਗੈਰਾ ਹੋ ਗਿਆ ਟਾਵਲ ਸੈਟਅਪ ਬਾਈ ਥੋੜਾ ਓਕੇ, ਇਹ ਨਾਲ ਕੁਝ ਹੌਰਨ ਵਗੈਰਾ, ਇਹ ਲਾਂਚ ਆਈ ਥਿੰਕ ਹੈ ਨਾ, ਇਹ ਕਲਾਇੰਟ ਦਾ ਸੈਪਰੇਟ ਲਾਂਚ ਹੈ, ਸੈਪਰੇਟ ਲਾਂਚ ਹੈ ਠੀਕ ਹੈ, ਚਲੋ ਕੋਈ ਗੱਲ ਨਹੀਂ। ਤੇ ਇਹ ਇਹਨਾਂ ਨੇ ਬਾਈ ਇੱਧਰ ਵਾਲਾ ਵਾਸ਼ਿੰਗ ਏਰੀਆ ਜਾਂ ਹੋਰ ਵੱਖਰਾ ਇੱਕ ਲਾਂਚ ਰੱਖਿਆ ਹੋਇਆ, ਅਤੇ ਆਪਣਾ ਆਰਾਮ ਨਾਲ ਤੁਸੀਂ ਇੱਥੇ ਬਹਿ ਕੇ ਛੋਟਾ ਮੋਟਾ ਵਾਸ਼ਿੰਗ ਕਰਾਉਣੀ ਹੈ। ਇੱਥੇ ਤੁਸੀਂ ਆਪਣੀ ਗੱਡੀ ਸਾਰੀ ਵਾਸ਼ ਹੁੰਦੀ ਦੇਖ ਸਕਦੇ ਹੋ, ਮੈਂ ਆਪਣੇ ਵਾਲੀ ਹੀ ਲਾਈ ਹੈ, ਭਾਵੇਂ ਕਿ ਅੱਜ ਮੀਂਹ ਪੈ ਰਿਹਾ, ਫਿਰ ਬਾਈ ਕਹਿੰਦਾ ਵੀ ਆਪਾਂ ਧੋਤੇ ਤੋਂ ਬਿਨਾਂ ਨਹੀਂ ਜਾਣ ਦੇਣਾ, ਅਤੇ ਤਾਂ ਕਰਕੇ ਗੱਡੀ ਵਾਸ਼ ਕਰਿਆ, ਜੋ ਉੱਧਰ ਵੀ ਚੱਲ ਜਾਂਦੇ ਹਾਂ ਆਪਾਂ, ਅਤੇ ਇਸ ਕਰਕੇ ਬਾਈ ਇਹ ਚੀਜ਼ਾਂ ਹੁੰਦੀਆਂ ਹੈ। ਅਤੇ ਬਾਕੀ ਆ ਜਾਓ ਇੱਧਰ ਵੀ ਨਾਲ ਆਪਾਂ ਹੋਰ ਦੇਖ ਲੈਂਦੇ ਹਾਂ ਸੈਟਅਪ। ਇਹ ਬਾਈ ਹੁਣਾਂ ਦਾ ਇੱਧਰ ਵਾਲਾ ਸਿਸਟਮ ਆ ਗਿਆ ਸਾਰਾ, ਇੱਥੇ ਆਈ ਥਿੰਕ ਇਹ ਕਲੀਨਿੰਗ ਏਰੀਆ ਹੈ ਨਾ ਰੱਖਿਆ ਤੁਸੀਂ ਸਾਰਾ? ਹਾਂਜੀ ਸਾਰਾ ਕਲੀਨ ਏਰੀਆ ਰੱਖਤਾ ਹੈ ਨਾ, ਤੇ ਇੱਧਰ ਇਹ ਵਾਸ਼ਿੰਗ ਸਾਰੀ ਚੱਲ ਰਹੀ ਹੈ। ਬਾਈ ਇੱਕ ਚੀਜ਼ ਮੈਨੂੰ ਹੋਰ ਮਾੜੀ ਜਿਹੀ ਗਾਈਡ ਕਰ ਦਿਓ ਵੀ ਜਿੱਦਾਂ ਮੋਸਟਲੀ ਅੱਗੇ ਰੋਲਾ ਹੁੰਦਾ ਸੀ ਵੀ ਵਾਸ਼ ਜਿਹੜੀ ਹੈ ਇੱਕ ਫੋਮ ਵਾਸ਼ ਵੀ ਤੁਹਾਡੇ ਕੋਲ ਚੱਲ ਰਹੀ ਹੈ, ਇੱਕ ਨੋਰਮਲ ਵਾਸ਼ ਹੁੰਦੀ ਹੈ, ਇੱਕ ਅੱਗੇ ਹੁੰਦਾ ਸੀ ਵੀ ਵਾਸ਼ਿੰਗ ਤੋਂ ਬਾਅਦ ਉਹਦੇ ਤੇ ਪੋਲਿਸ਼ ਕਰ ਦਿਓ, ਪੋਲਿਸ਼ ਦੀ ਜਗ੍ਹਾ ਆਈ ਥਿੰਕ ਅੱਜ ਕੱਲ੍ਹ ਜਿੱਦਾਂ ਮੈਂ ਕਹਿ ਲਈਏ ਵੈਕਸ ਆ ਗਈ ਹੈ ਜਾਂ ਕੁਛ ਆ ਗਿਆ, ਇਹ ਸਾਰਾ ਕੁਛ ਫਿਰ ਆਪਣੇ ਕੋਲ ਲਾਈਕ ਅਵੇਲੇਬਲ ਹੈ? ਕੀ ਫਰਕ ਕੁਝ ਅਵੇਲੇਬਲ ਹੈ ਭਾਜੀ? ਠੀਕ ਹੈ, ਬਸ ਅਸੀਂ ਜੋ ਬੇਸਿਕ ਵਾਸ਼ਿੰਗ ਆਪਾਂ ਹਰ ਜਗ੍ਹਾ ਟ੍ਰੈਡੀਸ਼ਨਲ ਵਾਸ਼ਿੰਗ ਦੇਖਦੇ ਹਾਂ ਉਹ ਨਹੀਂ ਕਰਦੇ ਹੈਗੇ, ਜਿਵੇਂ ਉਹ ਤੁਸੀਂ ਦੇਖਿਆ ਕਿ ਬਕਟ 'ਚ ਸ਼ੈਂਪੂ ਪਾਇਆ ਐਂਡ ਉਹ ਗਲਬ ਬਾਡੀ ਤੇ ਗਿਆ, ਉਹਦੀ ਮਿੱਟੀ ਲੈ ਕੇ ਬਕਟ 'ਚ ਆਇਆ ਐਂਡ ਅਗੇਨ ਉਹ ਬਾਡੀ ਤੇ ਗਿਆ, ਉਹ ਚੀਜ਼ਾਂ ਨਹੀਂ ਹੈ। ਫਰੈਸ਼ ਫੋਮ ਮਿਲੇਗਾ ਔਰ ਫੋਮ ਸਿਰਫ ਨਾ ਦਾ ਨਹੀਂ ਮਿਲੇਗਾ, ਤੁਸੀਂ ਆਓ ਬੇਸ਼ੱਕ ਐਂ ਇੰਜੋਏ ਕਰੋ ਜਿਵੇਂ ਫੋਮ ਪੈਂਦੀ ਹੈ ਸਨੋ। ਅੱਛਾ ਜੀ, ਹਾਂਜੀ ਉਦਾਂ ਦੀ ਫੋਮ ਮਿਲੂਗੀ, ਉਹ ਤੁਹਾਨੂੰ ਮੈਂ ਦਿਖਾਉਣਾ ਵੀ ਆ। ਠੀਕ ਹੈ ਚਲੋ, ਅੱਛਾ ਤੇ ਆਪਾਂ ਨਾਲ ਗੱਲਾਂ ਵੀ ਕਰ ਲੈਂਦੇ ਹਾਂ। ਹਾਂਜੀ ਬਾਈ, ਫਿਰ ਵਾਸ਼ਿੰਗ ਦੇ ਵੀ ਇਹ ਰੇਟ ਲਿਸਟ ਲਿਖ ਕੇ ਲਾਈ ਹੈ? ਇਹ ਰੇਟ ਲਿਸਟ ਹੈ ਭਾਜੀ ਸਾਰੀ। ਅੱਛਾ ਸਾਰੀ ਹੈ ਕੰਪਲੀਟਲੀ, ਇਹਦੇ ਤੇ ਕੋਈ ਡਿਸਕਾਊਂਟ ਕੋਈ ਕੁਛ ਨਹੀਂ ਭਾਜੀ? ਤੁਹਾਡੇ ਰੈਫਰੈਂਸ ਦੇ ਥਰੂ ਜੋ ਵੀ ਆਊਗਾ, ਠੀਕ ਹੈ, ਆਪਣੇ ਇਸ ਚੈਨਲ ਦੇ ਮਾਧਿਅਮ ਨਾਲ ਜਿਹਦਾ ਵੀ ਆਊਗਾ, ਦੀਵਾਲੀ ਤੱਕ ਆਏ ਕੋਈ ਵੀ ਆਏ, ਕਿਸੇ ਵੀ ਸਰਵਿਸ ਨੂੰ ਵਾਸ਼ਿੰਗ ਨੂੰ ਛੱਡ ਕੇ ਕੋਈ ਵੀ ਸਰਵਿਸ ਲੈਂਦਾ, ਇੱਕ ਰਿਕਾਰਡ ਵੱਲੋਂ ਜ਼ਰੂਰ ਅਸੀਂ ਕਰਾਂਗੇ ਭਾਜੀ। ਜਿੱਦਾਂ ਇਹ ਫੋਰਮ ਆਇਆ, ਪ੍ਰੋਪਰ ਥਿਕ ਫੋਰਮ ਮਿਲੇਗੀ ਤੁਹਾਨੂੰ, ਕੋਈ ਇਹ ਨਹੀਂ ਹੈ ਕਿ ਉਹ ਟਾਈਮ
ਪਾਸੇ ਹੀ ਮਾੜਾ ਜਿਹਾ ਮਾਰਿਆ ਫੋਮ ਐਨ ਨਿਕਲ ਗਿਆ। ਔਰ ਇਹ ਸਿਰਫ ਵੀਡੀਓ ਵਾਸਤੇ ਸਪੈਸ਼ਲ ਕੁਛ ਵੀ ਨਹੀਂ ਹੈ, ਜਿਹੜੇ ਪੁਰਾਣੇ ਕਲਾਇੰਟ ਮੇਰੇ ਕੋਲ ਆ ਰਹੇ ਨੇ ਉਹਨਾਂ ਨੂੰ ਪਤਾ, ਜਿਹੜੇ ਨਵੇਂ ਆਉਣਗੇ ਖੁਦ ਫੀਲ ਕਰ ਲੈਣ ਇਹਦੇ ਫਰਕ ਕੀ ਹੈ ਫੋਮ ਦੇ। ਕੋਈ ਸਪੈਸ਼ਲ ਫੋਮ ਆਪਾਂ ਜੀ, ਇੱਕ ਤਾਂ ਸਪੈਸ਼ਲ ਫੋਮ ਹੁੰਦੀ ਹੈ ਡੈਫੀਨੇਟਲੀ, ਔਰ ਦੂਜਾ ਕੀ ਹੈ ਨੂਮੈਟਿਕ ਟੂਲ ਦੇ ਥਰੂ ਆਉਂਦੀ ਹੈ। ਠੀਕ ਹੈ ਜੀ, ਜਿਵੇਂ ਆਪਣੀ ਸਨੋਅ ਹੁੰਦੀ ਹੈ ਨਾ ਉਦਾਂ ਤੁਸੀਂ ਇਹਨੂੰ ਫੀਲ ਕਰ ਸਕਦੇ। ਤੁਸੀਂ ਗੱਡੀ ਫਿਨਿਸ਼ਿੰਗ ਕਰਕੇ ਗੱਡੀ ਖੜੀ ਕਰੋ, ਕਲਾਇੰਟ ਦੇ ਖੁਦ ਰਿਵਿਊ ਹੁੰਦੇ ਨੇ ਕਿ ਭਾਜੀ ਇਹ ਤਾਂ ਪਾਲਿਸ਼ ਕਰੀ ਹੈ ਕੁਝ ਕਰਿਆ, ਏਦਾਂ ਦਾ ਕੁਝ ਨਹੀਂ ਹੈ, ਬਟ ਬੇਸਿਕ ਵਾਸ਼ਿੰਗ। ਦੂਜੀ ਗੱਲ ਮੈਨੂੰ ਇੱਕ ਬਹੁਤ ਵਧੀਆ ਲੱਗੀ, ਤੁਸੀਂ ਰੈਂਪ ਬਣਾਇਆ ਹੋਇਆ ਥੱਲੇ ਵੀ ਪਾਣੀ ਵੱਜਦਾ। ਹਾਂਜੀ ਠੀਕ ਹੈ, ਮੋਸਟਲੀ ਇਹ ਹੈ ਨਹੀਂ ਅਵੇਲੇਬਲ ਅੱਜ ਕੱਲ੍ਹ ਸਿਟੀਜ਼ ਦੇ ਵਿੱਚ, ਸਿਟੀਜ਼ 'ਚ ਨਹੀਂ ਹੈ। ਠੀਕ ਹੈ, ਨਹੀਂ ਮੈਂ ਲਿਫਟ ਵੀ ਪਹਿਲਾਂ ਲਾਈ ਸੀ, ਬਟ ਉਹ ਪਹਿਲਾਂ ਐਕਸਪੀਰੀਅੰਸ ਖਰਾਬ ਹੋ ਗਿਆ, ਜ਼ਿਆਦਾ ਬੈਟਰ ਰਹਿ ਜਾਂਦਾ, ਸਕਿੱਲ ਲੇਬਰ ਚਾਹੀਦੀ ਹੈ ਉੱਥੇ ਆਲ ਦੇ ਟਾਈਮ, ਤੇ ਇੱਥੇ ਬੈਟਰ ਹੈ ਕਿ ਅਸੀਂ ਉਹ ਬਣਾਇਆ ਹੋਇਆ। ਬਾਈ ਇੱਧਰ ਫਿਰ ਲਾਈਕ ਕੋਈ ਸਪੈਸ਼ਲ ਲਾਈਕ ਕਲੀਨਿੰਗ ਵਾਸਤੇ ਸਿਸਟਮ ਰੱਖਿਆ ਹੈ ਕਿ ਜਾਂ ਸਾਰਾ ਆਮ ਹੀ ਟੈਕਨੋਲੋਜੀ ਸਾਰੀ ਯੂਜ਼ ਹੋ ਰਹੀ ਹੈ? ਭਾਜੀ ਦੇਖੋ, ਖਾਸ ਕੁਝ ਵੀ ਨਹੀਂ ਹੁੰਦਾ ਕਿਤੇ ਵੀ, ਜਿਵੇਂ ਆਪਾਂ ਫੂਡ ਵਲੌਗਿੰਗ ਨਹੀਂ ਦੇਖਦੇ, ਮੇਰਾ ਸੀਕਰਟ ਮਸਾਲਾ ਇੱਦਾਂ ਦਾ ਕੁਛ ਨਹੀਂ ਹੁੰਦਾ ਇੱਥੇ, ਬਸ ਇੱਥੇ ਇਹ ਫੋਕਸ ਆਪ ਕਰਨਾ ਪੈਂਦਾ ਥੋੜ੍ਹਾ ਜਿਹਾ, ਕਿਉਂਕਿ ਹੁਣ ਕਿੱਦਾਂ ਕਿ ਲੋਕ ਵਾਸ਼ਿੰਗ ਨੂੰ ਕੀ ਸਮਝਦੇ ਨੇ, ਜਿਵੇਂ ਆਪਾਂ ਉੱਥੇ ਵਾਸ਼ਿੰਗ ਕਰਦੇ, ਵਾਸ਼ਿੰਗ ਉੱਥੇ ਖਤਮ ਨਹੀਂ ਹੁੰਦੀ, ਵਾਸ਼ਿੰਗ ਇੱਥੇ ਸਟਾਰਟ ਹੁੰਦੀ। ਬੇਸਿਕਲੀ ਕੀ, ਉੱਥੇ ਤਾਂ ਪਾਣੀ ਮਾਰ ਹੋ ਗਿਆ, ਸ਼ੈਂਪੂ ਹੋ ਗਿਆ, ਗੱਲ ਖਤਮ ਆ। ਬਟ ਜਿਹੜੀ ਫੀਲ ਤੁਹਾਨੂੰ ਆਉਣੀ ਹੈ ਐਜ਼ ਐਨ ਕਲਾਇੰਟ ਆਉਣੀ ਹੈ, ਜਿਵੇਂ ਉਹ ਫੀਲ ਆਏਗੀ ਗੱਡੀ ਦੇ ਅੰਦਰੋਂ, ਅੰਦਰੋਂ ਅਸੀਂ ਫੋਕਸ ਕਰਦੇ ਹਾਂ ਕਿ ਅੰਦਰੋਂ ਜਿਹੜੀ ਪ੍ਰੋਪਰ ਕਲੀਨਿੰਗ ਹੈ, ਜਿਵੇਂ ਤੁਸੀਂ ਇਹ ਦੇਖ ਰਹੇ ਪੋਲਿਸ਼ ਹੋ ਰਹੀ ਹੈ, ਵੈਕਿਊਮ ਪ੍ਰੋਪਰ ਹੋ ਜਾਵੇ, ਸਾਰੀ ਜਗ੍ਹਾ ਅੱਛੇ ਗਿੱਲਾ ਕੱਪੜਾ ਲੱਗ ਜਾਵੇ, ਸਾਰੀ ਚੀਜ਼ਾਂ ਹੈ ਨਾ, ਅਤੇ ਉਹ ਫੀਲ ਅਸੀਂ ਇੱਥੇ ਜ਼ਿਆਦਾ ਟਾਈਮ ਲਾਉਂਦੇ ਹਾਂ। ਜ਼ਿਆਦਾ ਲਾਉਣਾ, ਠੀਕ ਹੈ। ਜਿਵੇਂ ਫਰੰਟ ਗ੍ਰਿਲ 'ਤੇ ਪੋਲਿਸ਼ ਨਹੀਂ ਲੱਗਦੀ, ਅਤੇ ਉਹ ਜਿਵੇਂ ਇਹ ਗਨ ਹੁੰਦੀ ਹੈ ਨਾ, ਇਹ ਗਨ ਉਹ ਪ੍ਰੋਪਰ ਪੋਲਿਸ਼ ਗਾਰਨਿਸ਼ ਦੇ ਦਿੰਦੀ ਹੈ। ਅੱਛਾ, ਇਹ ਤਾਂ ਬਾਈ ਕਰੀ ਜਾਂਦਾ ਹੈ ਨਾ? ਹਾਂਜੀ ਹਾਂਜੀ, ਜੋ ਇਹ ਕਰ, ਇਹ ਇਹ ਦੋ ਵਾਰੀ ਸਾਡੀ ਪੋਲਿਸ਼ ਪੋਲਿਸ਼ ਜਾਂਦੀ, ਇੱਕ ਵਾਰੀ ਸਪਰੇਅ ਨਾਲ ਜਾਊਗੀ, ਫਿਰ ਦੂਜਾ ਮੈਨੂਅਲ ਮਾਰ। ਓਕੇ, ਠੀਕ ਹੈ। ਜੇ ਕੋਈ ਡੀਪ ਕਲੀਨਿੰਗ ਕਰਾਉਣਾ ਚਾਹੁੰਦਾ ਹੋਵੇ, ਲਾਈਕ ਮੰਨ ਕੇ ਚਲੋ ਪ੍ਰੋਪਰ ਸਾਰੀ, ਇੱਕ ਕਹਿੰਦੇ ਹੁੰਦੇ ਵੀ ਉਹਨੂੰ ਡਰਾਈ ਕਲੀਨਿੰਗ ਹੀ ਕਹਿ ਦਿੰਦੇ ਆ, ਉਹ ਵੀ ਕਰਦੇ ਆ? ਬਿਲਕੁਲ ਕਰਦੇ ਹਾਂ, ਵੈਸੇ ਡਰਾਈ ਕਲੀਨਿੰਗ ਵਰਡ ਜ਼ਰੂਰ ਆ, ਬਟ ਡਰਾਈ ਕਲੀਨਿੰਗ ਕੋਈ ਵੀ ਨਹੀਂ ਕਰਦਾ, ਹੁੰਦਾ ਵੈਟ ਕਲੀਨਿੰਗ ਹੀ ਹੈ, ਕਿਉਂਕਿ ਇਹ ਬੜਾ ਕਨਫਿਊਜ਼ਿੰਗ ਇੱਕ ਵਰਡ ਆ। ਠੀਕ ਹੈ, ਮਤਲਬ ਇੰਟੀਰੀਅਰ ਕਲੀਨਿੰਗ ਨਾਲ ਆਪਾਂ ਜਾਣਦੇ ਆਪਾਂ ਕਹਿ ਦਿਓ, ਉਹ ਪ੍ਰੋਪਰ ਹੁੰਦੀਆਂ ਨੇ ਸਰਵਿਸਿਸ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੋ ਵੀ ਪ੍ਰਾਈਸ ਲਿਸਟ ਹੋਏਗੀ ਪਾਈ ਦੀ ਵੀਡੀਓ ਦੇ ਰੈਫਰੈਂਸ ਜੋ ਆਏਗਾ 10% ਆਫ ਦੇਵਾਂਗੇ ਉਹਨਾਂ ਨੂੰ। ਵੈਸੇ ਮੈਂ ਬਦਨਾਮ ਹਾਂ ਮਾਰਕੀਟ ਵਿੱਚ ਕਿ ਇਹ ਫਿਕਸ ਰੇਟ 'ਤੇ ਕੰਮ ਕਰਨ ਵਾਲਾ ਬੰਦਾ। ਚਲੋ ਇਹ ਬਹੁਤ ਵਧੀਆ ਲੱਗਿਆ, ਠੀਕ ਹੈ। ਚਲੋ ਇਹ ਮੁੰਡੇ ਲੱਗੇ ਨਾਲ, ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਾਰਾ ਕਰੀ ਜਾਂਦੇ ਆ, ਇਹ ਬੇਸਿਕ ਵਾਸ਼ਿੰਗ ਹੈ ਸਾਡੀ, ਬੇਸਿਕ ਵਾਸ਼ਿੰਗ ਹੈ, ਠੀਕ ਹੈ। ਇਹ ਕੋਈ ਵੀ ਨਹੀਂ ਕਰਦਾ ਵੈਸੇ, ਇਹ ਕੋਈ ਨਹੀਂ ਕਰਦਾ, ਕਿਉਂਕਿ ਸਾਡਾ ਇੰਸਟਰਕਸ਼ਨ ਇਹ ਨੇ ਕਿ ਅਸੀਂ ਟਾਕੀ ਖੋਲ ਕੇ ਪਾਣੀ ਨਹੀਂ ਮਾਰਨਾ, ਬਿਕੋਜ਼ ਅੱਜ ਕੱਲ੍ਹ ਬਹੁਤ ਇਲੈਕਟ੍ਰੋਨਿਕ ਡਿਵਾਈਸਿਸ ਨੇ, ਥੋੜ੍ਹਾ ਜਿਹਾ ਪਾਣੀ ਚਲ ਗਿਆ ਖਰਾਬ ਹੋ ਜਾਂਦਾ। ਅਤੇ ਦੋਸਤੋ, ਜਿਵੇਂ ਕਿ ਤੁਸੀਂ ਦੇਖਿਆ ਗਿਆ ਸਾਰਾ ਸੈਟਅਪ, ਅਤੇ ਹੁਣ ਮੈਨੂੰ ਲੱਗਦਾ ਕਿ ਬੜਾ ਲੰਬਾ ਕਰਨ ਦੀ ਲੋੜ ਨਹੀਂ, ਅਤੇ ਪਰ ਬਾਈ ਨੇ ਬਹੁਤ ਸਾਰੀ ਕਹਿੰਦੇ ਹੁੰਦੇ ਆ ਵੀ ਡੈਕੋਰੇਸ਼ਨ ਸਾਰੇ ਬੰਨੇ ਹੀ ਕਸਰ ਨਹੀਂ ਛੱਡੀ ਦੋਵਾਂ ਜਣੇ ਨੇ, ਹੈ ਨਾ? ਇੱਧਰ ਵੀ ਆਏ ਸੀ ਕਿ ਤੁਸੀਂ ਟਾਇਰਸ ਯੂਜ਼ ਕੀਤੇ ਆ ਬੜੇ ਵਧੀਆ ਤਰੀਕੇ ਨਾਲ, ਹੈ ਨਾ? ਅਤੇ ਉਹਨੂੰ ਤੁਸੀਂ ਲਾਈਕ ਕਵਰ ਅਪ ਕਰਕੇ ਪਲਾਂਟ ਲਾਏ ਜਾਂ ਕੁਛ ਵੀ ਹੈ, ਜਸਟ ਇਨਫੋਰਮੇਸ਼ਨਲ ਬਲੌਗਸ ਹੀ ਹੁੰਦੇ ਆ ਬਾਈ, ਕਿ ਜ਼ਿਆਦਾ ਸਾਨੂੰ ਹੁੰਦਾ ਕਿ ਤੁਹਾਨੂੰ ਡਿਟੇਲ ਪਹੁੰਚ ਜੇ, ਬਾਕੀ ਤੁਸੀਂ ਆਓ ਡੀਲ ਕਰੋ ਸਾਰਾ ਕੁਛ ਹੈ। ਅਤੇ ਹੁਣ ਤੁਸੀਂ ਇਹ ਦੇਖਣਾ ਵੀ ਇਹ ਆਈ ਥਿੰਕ ਇੱਧਰੋਂ ਐਂਟਰੈਂਸ ਆ ਸਾਰੀ, ਠੀਕ ਹੈ, ਆਣ ਕੇ ਤਾਂ ਪਹਿਲਾਂ ਤੁਹਾਨੂੰ ਇਹ ਬੋਰਡ ਮਿਲ ਜੂਗਾ, ਦੈਨ ਨਾਲ ਹੀ ਉਹਦੀ ਟਾਇਰ ਫਿਊਲ ਦਾ ਮਿਲ ਜਾਂਦਾ, ਇਹ ਸਾਰਾ ਪ੍ਰੋਜੈਕਟ ਆ, ਬਾਹਰ ਵੀ ਲਿਖਿਆ ਹੋਇਆ ਸਾਰਾ ਕੁਛ ਹੈ। ਅਤੇ ਬਾਈ ਆਓ ਤੁਸੀਂ ਵੀ ਨਾਲ ਹੁਣ ਇੱਥੇ, ਅਸੀਂ ਬਹੁਤ ਸਾਰੀਆਂ ਚੀਜ਼ਾਂ ਮਿਸ ਵੀ ਕਰਕੇ ਹੋਵਾਂਗੇ, ਪਰ ਲਾਈਕ ਮੈਨੂੰ ਲੱਗਦਾ ਕਿ ਵਲੌਗ ਜਸਟ ਇੱਕ ਇਨਫੋਰਮੇਸ਼ਨ ਲਈ ਹੀ ਹੁੰਦਾ, ਇੱਕ ਅਪਡੇਟ ਲਈ ਹੁੰਦਾ, ਹੈ ਨਾ? ਅਤੇ ਬਾਈ ਉਹਨਾਂ ਨੇ ਆਪਣੇ ਵੱਲੋਂ ਤਾਂ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਪਰ ਫਿਰ ਵੀ ਤੁਹਾਡੀ ਕੋਈ ਇਨਕੁਆਇਰੀ ਜਾਂ ਡਿਟੇਲ ਹੋਵੇ ਤਾਂ ਤੁਸੀਂ ਬੇਝਿਜਕ ਦੋਵਾਂ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਇਹ ਨੰਬਰ ਵੀ ਚਲਾਏ ਅਤੇ ਫੋਲੋ ਵੀ ਕਰ ਸਕਦੇ ਹੋ। ਸਰ ਕੁਛ ਚੀਜ਼ਾਂ ਰਹਿ ਗਈਆਂ, ਹੈ ਨਾ, ਲਾਈਕ ਤੁਹਾਡੇ ਉੱਧਰ ਵੀ ਰਹਿ ਗਈਆਂ ਜਾਂ ਬਾਈ ਦੇ ਵੀ ਰਹਿ ਗਈਆਂ, ਹੈ ਨਾ? ਜਿੱਦਾਂ ਕਿ ਆਪਾਂ ਗੱਲ ਕਰ ਸਕਦੇ ਹਾਂ ਵੀ ਇੱਕ ਆਪਾਂ ਬਹੁਤ ਟੈਕਨੀਕਲ ਜੀ ਚੀਜ਼ ਦਿਖਾਈ ਸੀ ਆਪਾਂ, ਲਾਈਕ ਨਾ ਟਾਇਰ ਖਤਮ ਹੋਏ ਦਾ ਕਿੱਦਾਂ ਪਤਾ ਲੱਗਦਾ ਤੁਹਾਡਾ? ਉਹ ਬਹੁਤ ਵਧੀਆ ਕਿ ਤੁਸੀਂ ਮੈਨੂੰ ਦੱਸਿਆ ਤਰੀਕੇ ਨਾਲ, ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਟਾਇਰ ਖਤਮ ਕਿੱਦਾਂ ਹੁੰਦਾ, ਹੈ ਨਾ, ਅਤੇ ਕਦੋਂ ਬਦਲਾਉਣ ਦਾ ਟਾਈਮ ਹੁੰਦਾ, ਤੁਹਾਡੀ ਮੈਨੂੰ ਬਹੁਤ ਟੈਕਨੀਕਲ ਵਧੀਆ ਲੱਗੀ।
ਕੀ ਗੱਲ ਹੈ ਨਾ, ਅਸੀਂ ਉਹਦੀ ਰੀਲ ਵੀ ਇੱਕ ਅਲੱਗ ਤੋਂ ਪਾਈ ਹੈ, ਤੁਸੀਂ ਸਾਡੇ ਇੰਸਟਾ 'ਤੇ ਕਲੈਬੋਰੇਸ਼ਨ ਚੱਲ ਰਹੀ ਉਹ ਵੀ ਦੇਖ ਸਕਦੇ ਹੋ। ਬਾਈ ਕਈ ਵਾਰੀ ਕੋਈ ਡਿਮਾਂਡ ਆ ਜਾਂਦੀ ਹੈ ਚਾਈਨੀਜ਼ ਟਾਇਰ, ਤੁਸੀਂ ਮੈਂ ਦੇਖਿਆ ਕੋਈ ਨਹੀਂ ਰੱਖਿਆ ਹੈ ਨਾ ਉੱਥੇ, ਅਤੇ ਉਹਦਾ ਰੀਜ਼ਨ ਕੋਈ ਨਾ ਰੱਖਣ ਦਾ? ਸਰ ਇੱਕ ਟਾਇਰ ਐਸੀ ਚੀਜ਼ ਹੈ ਜੋ ਆਪਣੀ ਨਾ ਲਾਈਫ 'ਤੇ ਬਹੁਤ ਜ਼ਿਆਦਾ ਰਿਲੇਟ ਕਰ ਰਹੀ ਹੈ ਨਾ। ਅਬ ਆਪ ਹਾਈਵੇ ਕੇ ਉੱਪਰ ਚੱਲ ਰਹੇ ਹੋ, ਆਪਣੀ ਗਾੜੀ 100 ਕੇ ਉੱਪਰ ਚੱਲ ਰਹੀ ਹੈ, ਤੁਸੀਂ ਦੇਖੋ ਸਰ ਅਬ ਮਿਸ਼ਲਿਨ ਹੋ ਗਿਆ ਜਾਂ ਯੋਕੋਹਾਮਾ ਹੋ ਗਿਆ ਜਾਂ ਬੜੇ ਬੜੇ ਬ੍ਰਾਂਡ ਹੋ ਗਏ, ਸਰ ਐਟਲੀਸਟ ਗਰੰਟੀ ਦਿੱਤੇ ਹੈ, ਇਹ ਲੋਕਾਂ ਦਾ ਭਰੋਸਾ ਬਣਾ ਹੋਇਆ ਹੈ। ਅਤੇ ਚਾਈਨੀਜ਼ ਟਾਇਰ ਮੈਂ ਕਿਹਾ ਕਿ ਸਰ ਅਗਰ ਉਹ ਬਲਾਸਟ ਹੋ ਗਿਆ ਤਾਂ ਸਰ ਉਹ ਆਪਣੀ ਲਾਈਫ ਰਿਸਕ ਬਹੁਤ ਜ਼ਿਆਦਾ ਹੈ, ਸਰ ਹਮਨੇ ਸਰ ਉਹ ਕੰਮ ਨਹੀਂ ਕਰਨੇ, ਠੀਕ ਹੈ, ਜਿਸ ਸੇ ਸਰ ਕਿਸੀ ਕੀ ਫੈਮਲੀ ਕੋ ਜਾਂ ਕਿਸੀ ਕੀ ਸਰ ਆਪ ਮਾਨ ਸਕਦੇ ਹੋ ਸਰ ਇੱਕ ਪੂਰੀ ਫੈਮਲੀ ਚੱਲ ਰਹੀ ਹੈ ਕੁਛ ਵੀ ਹੈ, ਤਾਂ ਸਰ ਉਸਕੋ ਹਮ ਰਿਸਕ ਪੇ ਹਮ ਉਹ ਕਰੇ, ਐਂਡ ਸਰ ਹਮਾਰਾ ਨਾਮ ਖਰਾਬ ਹੋ, ਹੈ ਨਾ ਸਰ, ਨਾਮ ਤੋਂ ਸਰ ਅਲੱਗ ਚੀਜ਼ ਹੈ, ਥੋੜ੍ਹੀ ਜਿਹੀ ਅਮਾਊਂਟ ਕਰਕੇ ਅਸੀਂ ਚਾਈਨੀਜ਼ ਟਾਈਮ ਮਗਰ ਭੱਜ ਜਾਂਦੇ ਹਾਂ, ਪਰ ਇੱਥੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਹਾਂ ਤੁਹਾਡੀ ਡਿਮਾਂਡ ਹੋਵੇ ਤੁਹਾਡੇ ਉਹਦੇ 'ਤੇ ਬਾਈ ਹੋਣੀ ਲਿਆ ਜ਼ਰੂਰ ਜਾਣੀ ਹੈ, ਪਰ ਇਹ ਪ੍ਰਮੋਟ ਨਹੀਂ ਕਰਦੇ ਉਹਨਾਂ ਚੀਜ਼ਾਂ ਨੂੰ, ਠੀਕ ਹੈ, ਕਿਉਂਕਿ ਤਾਇਵਾਨੀ ਥਾਈਲੈਂਡ ਜਾਂ ਬੜੇ ਤਰ੍ਹਾਂ ਦੇ ਟਾਇਰ ਆਉਂਦੇ ਆ, ਹਾਂ ਚਾਹੋਗੇ ਅਵੇਲੇਬਿਲਟੀ ਜ਼ਰੂਰ ਮਿਲ ਜੂਗੀ, ਠੀਕ ਹੈ, ਪਰ ਬਾਈ ਹੁਣੀ ਉਹਨੂੰ ਪ੍ਰਮੋਟ ਨਹੀਂ ਕਰਦੇ, ਹਾਂ ਅਸੀਂ ਪ੍ਰਮੋਟ ਨਹੀਂ ਕਰਦੇ, ਇਹਨਾਂ ਕੋਲੇ ਬ੍ਰਾਂਡ ਜੀ ਵੀ ਸਾਰੇ ਮਿਲਣਗੇ ਟਾਇਰ ਦੇ, ਵਿਦ ਗਰੰਟੀ ਵਾਰੰਟੀ ਵਿਦ ਬਿੱਲ ਸਾਰਾ ਕੁਝ ਐਵਰੀਥਿੰਗ ਅਵੇਲੇਬਲ ਹੋਊਗਾ। ਤੇ ਬਾਕੀ ਮੈਨੂੰ ਸਟੂਡੀਓ ਸੱਚੀ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ, ਕਿਉਂਕਿ ਮੈਂ ਬਹੁਤ ਸਾਰੇ ਸਟੋਰ ਵਿਜ਼ਿਟ ਕਰਦਾ, ਕਿਉਂਕਿ ਇੱਦਾਂ ਦੇ ਬਹੁਤ ਸਾਰੇ ਘੱਟ ਨੇ, ਤੇ ਉਮੀਦ ਹੈ ਕਿ ਬਾਈ ਹੁਣੀ ਤੁਸੀਂ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਪਿਆਰ ਦਿਓਗੇ, ਤੇ ਬਾਈ ਹੁਣੀ ਅਲੋਏ ਵੀਲਸ ਦਾ ਵੀ ਨਾਲ ਮੈਂ ਚਾਹੂੰਗਾ ਕਿ ਸ਼ੁਰੂ ਕਰਨਗੇ, ਉਹ ਇੱਕ ਮੈਨੂੰ ਡਿਫਰੈਂਸ ਲੱਗਿਆ, ਤੇ ਕਿਉਂਕਿ ਅੱਜ ਕੱਲ ਟ੍ਰੈਂਡ ਹੈ ਨਾ, ਤੇ ਪਰ ਇਹ ਚਲੋ ਸਟੈਪ ਬਾਏ ਸਟੈਪ ਹੀ ਹੈ ਨਾ, ਸਟੈਪ ਬਾਏ ਸਟੈਪ ਇਕੱਠੀ ਇਨਵੈਸਟਮੈਂਟ ਕਰ ਲਈਏ ਥੋੜੀ ਡਿਫਰੈਂਟ ਹੋ ਜਾਂਦੀ ਹੈ, ਕਹਿੰਦੇ ਪੰਜਾਬੀ ਪੌੜੀ ਪੌੜੀ ਚੜ੍ਹਨਾ, ਉਹ ਚੀਜ਼ ਹੈ, ਤੇ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਸਟੂਡੀਓ, ਥੈਂਕ ਯੂ ਸਰ। ਸਰ ਜਿੱਦਾਂ ਤੁਸੀਂ ਹੁਣ ਸਾਰਾ ਸੈਟਅਪ ਆ, ਚਲੋ ਹੈ ਤੇ ਇਕੱਠਾ ਹੀ ਹੈ ਹਨਾ, ਵਨ ਰੂਪ ਹੈ, ਵਨ ਵਨ ਸਾਰੇ ਆ ਜਾਂਦੇ, ਪਰ ਚਲੋ ਅਲੱਗ ਅਲੱਗ ਸੀ ਕਿਉਂਕਿ ਹਰੇਕ ਚੀਜ਼ ਦੀ ਉੱਧਰ ਦੀ ਜ਼ਿਆਦਾ ਇਨਫੋਰਮੇਸ਼ਨ ਇਹਨਾਂ ਕੋਲੇ ਸੀਗੀ, ਮੈਂ ਕਿਹਾ ਬਾਈ ਕੋਲ ਨਹੀਂ ਜਾਵੇ, ਇੱਧਰ ਦੀ ਹੁਣ ਇਹਨਾਂ ਕੋਲੇ, ਬਿਲਕੁਲ ਡੀਲ ਅਸੀਂ ਦੋਵੇਂ ਕਰਦੇ ਹਾਂ, ਗੱਲ ਕੱਟ ਰਹੇ ਹਾਂ ਤੁਹਾਡੀ, ਬੇਸ਼ੱਕ ਉੱਧਰ ਕੋਈ ਆਇਆ ਉੱਧਰ ਮੈਂ ਬੈਠਾ ਮਿਲ ਜੂੰਗਾ, ਇੱਧਰ ਕੋਈ ਆਇਆ ਤੇ ਇੱਧਰ ਬਾਈ ਮਿੱਠੇ ਮਿਲ ਜੂਗਾ, ਮਿਲ ਜਾਣਗੇ, ਤੇ ਉਹ ਕੋਈ ਫਰਕ ਨਹੀਂ ਹੈ, ਉਹ ਸਾਡਾ ਸਾਰਾ ਇਕੱਠਾ ਹੀ ਹੈ ਕੰਮ, ਉਹ ਹੈ ਕਿ ਇੱਕ ਬ੍ਰਾਂਡ ਪੁਰਾਣਾ ਚੱਲਦਾ ਆ ਰਿਹਾ ਸੀ, ਫਿਰ ਅਸੀਂ ਨਵੇਂ ਨਾਲ ਹੋਰ ਸ਼ੁਰੂ ਕਰ ਰਹੇ ਹਾਂ, ਟਾਇਰ ਵਰਡ ਨਾਲ ਟਾਇਰ ਸਰਚ ਜ਼ਿਆਦਾ ਹੁੰਦੀ ਹੈ, ਐਗਜ਼ੈਕਟਲੀ ਉਹੀ ਥੋੜਾ ਫਰਕ ਆ ਜਾਂਦਾ, ਇੱਧਰ ਸ਼ਾਈਨ ਹੈ ਨਾਲ, ਪਹਿਲਾਂ ਸਰ ਇਹ ਸੀਗਾ ਕਿ ਉਸਦਾ ਨਾਮ ਵੀ ਰਾਈਡਨ ਸ਼ਾਈਨ ਰੱਖੀ, ਬਟ ਸਰ ਉਹ ਟਾਇਰਸ ਨੂੰ ਰਿਲੇਟ ਨਹੀਂ ਕਰ ਰਿਹਾ ਚਾਹੀਦਾ, ਕਿਉਂਕਿ ਜ਼ਰੂਰੀ ਹੈਗਾ ਇਨ ਫਿਊਚਰ ਚੀਜ਼ਾਂ ਨੇ ਉਹ ਚੀਜ਼ਾਂ, ਹਾਂ ਤਾਂ ਉਹ ਫਿਊਚਰ ਸੋਚ ਕੇ ਤੇ ਫਿਰ ਉਹ ਟਾਇਰ ਦੇ ਨਾਮ ਨਾਲ ਰਿਲੇਟ ਕਰਦੇ ਆ, ਉਹਦਾ ਲੋਗੋ ਵੀ ਫਿਰ ਉਦਾਂ ਹੀ ਬਣਾਇਆ ਬਣਾਇਆ ਨਹੀਂ, ਵਧੀਆ ਕੀਤਾ। ਤੇ ਬਾਈ ਤੁਹਾਡੇ ਕੋਲੇ ਮੋਡੀਫਿਕੇਸ਼ਨ ਕਸਟਮਾਈਜ਼ ਸਾਰੀ ਆ ਜਾਂਦੀ ਹੈ ਨਾ, ਆਪਾਂ ਦੇਖਿਆ ਨਾ, ਚਲੋ ਲਾਈਕ ਕਹਿੰਦੇ ਨੇ ਬਾਈ ਹੁਣੀ ਬਾਲਾ ਗਾਹ ਨਹੀਂ ਪਾਉਂਦੇ, ਲਿਮਿਟਡ ਜਿਹਾ ਹੀ ਕੰਮ ਕਰਦੇ ਆ, ਜਿੰਨਾ ਕਿ ਇਹਨਾਂ ਕੋਲੇ ਹੋ ਜੇ, ਤਾਂ ਕਰਕੇ ਜ਼ਿਆਦਾ ਗਰਾਜ ਵੀ ਨਹੀਂ ਅਸੀਂ ਤੁਹਾਨੂੰ ਦਿਖਾਇਆ। ਤੇ ਬਾਈ ਕੋਈ ਸਪੈਸ਼ਲ ਕਨਸੈਪਟਸ ਤੇ ਵੀ ਕੰਮ ਕਰਦੇ ਹੋ? ਬਿਲਕੁਲ ਕਰਦੇ ਹਾਂ ਭਾਅ ਜੀ, ਜਿੱਦਾਂ ਲੋਕਾਂ ਨੂੰ ਅੱਜ ਕੱਲ੍ਹ ਕੰਸਰਨ ਹੁੰਦਾ ਹੈ ਕਿ ਅਸੀਂ ਇੱਕ ਜਿਵੇਂ ਫੋਰਚੂਨਰ ਲੈ ਕੇ ਆਉਂਦੇ ਹਾਂ, ਉਹਨੂੰ ਲੈਜੈਂਡਰ ਕਨਵਰਟ ਕਰਦੇ ਹਾਂ, ਉਹ ਵੀ ਫੈਸਿਲਿਟੀ ਹੈਗੀ ਹੈ, ਉਹ ਵੀ ਹੈਗੀ ਹੈ, ਕਿਸੇ ਬੋਡੀ ਕਿੱਟ ਲਾਣੀ ਹੈ ਜਿਵੇਂ SLK ਦੀ ਲਾਈ ਸੀ ਅਸੀਂ, ਜਾਂ ਰੈਪ ਵਗੈਰਾ ਕਰਿਆ, ਤਾਂ ਮਤਲਬ ਕਲਾਇੰਟ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਅਸੀਂ ਕੰਮ ਸਾਰਾ ਕਰਦੇ ਹਾਂ, ਸਾਰਾ ਕਰ ਰਹੇ, ਬਟ ਗੱਲ ਉਹੀ ਆ ਜਾਂਦੀ ਹੈ ਅਸੀਂ ਕਰਦੇ ਹਾਂ ਪ੍ਰੀਮੀਅਮ ਕੰਮ ਥੋੜ੍ਹਾ, ਠੀਕ ਹੈ, ਥੋੜ੍ਹਾ ਜਿਹਾ ਮਤਲਬ ਮਾਰਕੀਟ ਤੋਂ ਹਟਵਾਂ ਕੰਮ ਕਰਦੇ ਹਾਂ, ਬਿਕੋਜ਼ ਕਲਾਇੰਟ ਜਿਹੜਾ ਵੀ ਇੱਦਾਂ ਦਾ ਆਉਂਦਾ ਉਹ ਸ਼ੌਂਕ ਰੱਖ ਕੇ ਆਉਂਦਾ ਜਾਂ ਸੈਂਟੀਮੈਂਟਸ ਨਾਲ ਆਉਂਦਾ, ਉਹਨਾਂ ਦੇ ਸੈਂਟੀਮੈਂਟਸ ਵਿਦਆਊਟ ਹਾਰਟ ਕਰਿਆ, ਜਿੰਨੇ ਹੁਣ ਇੱਥੇ ਮੰਨ ਲਓ ਕੋਈ 1,00,000 ਰੁਪਇਆ ਲਾਣਾ, ਛੋਟੀ ਜਿਹੀ ਗੱਲ ਕਰੀਏ, ਹੁਣ 1,00,000 ਰੁਪਏ ਦਾ ਜੇ ਪੇਂਟ ਕਰਾ ਕੇ ਅਸੀਂ ਦਿੱਤਾ ਉਹ ਭਾਈ 5 ਸਾਲ ਚੱਲੇ ਤਾਂ ਹੀ ਸਵਾਦ ਆਊਗਾ, ਨਹੀਂ ਤਾਂ ਬਾਈ ਉਹ 2 ਮਹੀਨੇ ਬਾਅਦ ਛਿੱਤਰ ਮਾਰੂਗਾ, ਠੀਕ ਹੈ ਨਾ, ਇਸ ਕਰਕੇ ਬਾਈ ਹੁਣ ਚਲੋ ਗੱਲ ਹੈ ਵੀ ਅਸੀਂ ਵਲੌਗ ਜ਼ਿਆਦਾ ਲੰਬਾ ਆਪਣਾ ਚੱਲ ਜਾਣਾ, ਅਸੀਂ ਇਹਨੂੰ ਥੋੜ੍ਹਾ ਕਲੋਜ਼ ਕਰਾਂਗੇ, ਅਤੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ ਮੈਂ ਚਾਹੂੰਗਾ ਕਿ ਬਾਈ ਨੂੰ ਕੰਟੈਕਟ ਹੀ ਕਰੋ, ਠੀਕ ਹੈ, ਤੁਸੀਂ ਵਟਸਐਪ 'ਤੇ ਕੋਟੇਸ਼ਨ ਦੂਰ ਵਾਲੇ ਬੰਦੇ ਮੰਗਾਉਣਾ ਚਾਹੁੰਦੇ ਉਹ ਵੀ ਬਾਈ ਹੁਣ ਦਿੰਦੇ ਨੇ, ਪਰ ਇਹ ਕਿ ਚਲੋ ਵਿਜ਼ਿਟ ਕਰੋਗੇ ਇੱਕ ਫੇਸ ਟੂ ਫੇਸ ਗੱਲ ਹੁੰਦੀ ਹੈ, ਉਹ ਹਰ ਇੱਕ ਚੀਜ਼ ਹੋ ਜਾਂਦੀ ਹੈ, ਕੋਈ ਵੀ ਥੀਮ ਇੰਟੀਰੀਅਰ ਕਰਾਉਣਾ ਹੈ ਜਾਂ ਤੁਸੀਂ ਕੁਛ ਵੀ ਕਰਾਉਣਾ, ਕੋਈ ਵਾਸ਼ਿੰਗ ਆ, ਡਿਟੇਲਿੰਗ ਆ, ਟਾਇਰਸ ਨੇ ਜਾਂ ਕੁਛ ਵੀ ਹੈ, ਸਾਰਾ ਕੁਛ ਤੁਹਾਨੂੰ ਇੱਥੇ ਮਿਲ ਜੂਗਾ ਵਿਦ ਸਾਰਾ ਕੁਛ ਫੈਸਿਲਿਟੀਜ਼। ਅਤੇ ਬਾਕੀ ਬਾਈ ਕੋਈ ਚੀਜ਼ ਵਿਊਵਰਸ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ? ਵਿਊਵਰਸ ਨੂੰ ਬਸ ਪਹਿਲਾਂ ਜਿੱਦਾਂ ਅਸੀਂ ਕਿਹਾ ਕਿ ਤੁਸੀਂ ਐਕਸਪੀਰੀਅੰਸ ਕਰੋ, ਹੁਣੇ ਭਾਜੀ ਦੇ ਮੂੰਹ ਨੂੰ ਆਉਣਾ ਤੁਸੀਂ, ਫਿਰ ਸਾਡੇ ਮੂੰਹ ਨੂੰ ਆਓਗੇ ਜ਼ਰੂਰ, ਐਕਸਪੀਰੀਅੰਸ ਕਰਿਆ ਪਿੱਛੋਂ, ਔਰ ਇੱਕ ਰਿਗਾਰਡ ਭਾਜੀ ਦੇ ਰੈਫਰੈਂਸ ਦੇ ਤੌਰ 'ਤੇ ਜਿਵੇਂ ਅਸੀਂ ਕਿਹਾ ਕਿ
ਅਲਾਈਨਮੈਂਟ ਅਸੀਂ ਫ੍ਰੀ ਕਰਾਂਗੇ ਭਾਅ ਜੀ ਦੇ। ਦੀਵਾਲੀ ਤੱਕ ਕੋਈ ਵੀ ਕਲਾਇੰਟ ਆਉਂਦਾ ਭਾਅ ਜੀ ਦੀ ਵੀਡੀਓ ਤੋਂ ਅਲਾਈਨਮੈਂਟ ਕੰਪਲੀਟਲੀ ਫ੍ਰੀ ਕਰਾਂਗੇ। ਔਰ ਜੇ ਇੱਧਰ ਆਪਣਾ ਰਾਈਡ ਐਂਡ ਸ਼ਾਈਨ 'ਚ ਕੋਈ ਵੀ ਕੰਮ ਲਿਆਉਂਦਾ ਜੋ ਵੀ ਸਾਡੇ ਰੇਟਸ ਹੋਣਗੇ 10% ਅਸੀਂ ਡਿਸਕਾਊਂਟ ਕਰਾਂਗੇ। ਵਾਸ਼ਿੰਗ ਨੂੰ ਛੱਡ ਕੇ ਥੋੜ੍ਹਾ ਜਿਹਾ ਵਾਸ਼ਿੰਗ ਲਈ ਮਾਫ਼ ਕਰਿਓ ਕਿਉਂਕਿ ਉਹ ਥੋੜ੍ਹਾ ਜਿਹਾ ਕੰਜਸਟਿਡ ਟਾਈਪ ਜਿਹਾ ਹੁੰਦਾ ਅਸੀਂ ਕਰ ਨਹੀਂ ਸਕਦੇ ਮਜਬੂਰੀ। ਚਲੋ ਵੀ ਉਹਦੀ ਸਮਝ ਦਿਓ ਸੀ, ਪਰ ਇਹ ਤੁਹਾਨੂੰ ਕਰਕੇ ਟਾਈਮ ਨਾ ਦੇ ਦੇਣਗੇ, ਉਹ ਮੈਂ ਕਹਿ ਦਿੰਦਾ। ਅਤੇ ਬਾਈ ਇੱਕ ਚੀਜ਼ ਹੋਰ, ਮੇਜਰ ਮੇਨ ਜਿਹੜਾ ਪਾਰਟ ਹੈ ਹੈ ਨਾ, ਕਿੰਨੇ ਤੋਂ ਕਿੰਨੇ ਅਵੇਲੇਬਲ ਹੋ ਅਤੇ 7 ਡੇਜ਼ ਓਪਨ ਹੋ ਜਾਂ ਕਿੱਦਾਂ? ਸਰ ਵੈਸੇ ਆਪਾਂ ਮੰਡੇ ਕਲੋਜ਼ ਰਹਿੰਦਾ, ਬਾਕੀ ਸੁਬਹਾ 9 ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਡੇਲੀ ਅਵੇਲੇਬਲ, ਮੰਡੇ ਨੂੰ ਛੱਡ ਕੇ ਮੰਡੇ ਕਲੋਜ਼, ਮੰਡੇ ਸਾਰਾ ਹੀ ਬੰਦ ਹੁੰਦਾ? ਮੰਡੇ ਸਾਰਾ ਹੀ ਬੰਦ ਹੁੰਦਾ ਵੈਸੇ, ਲੇਕਿਨ ਅਸੀਂ ਕੋਈ ਐਂ ਲਾ ਲਓ ਕਿ ਦੀਵਾਲੀ ਤੋਂ ਬਾਅਦ ਤੱਕ ਅਸੀਂ ਬਣਾ ਰਹੇ ਹਾਂ ਪ੍ਰੋਗਰਾਮ ਕਿ ਅਸੀਂ ਮੰਡੇ ਵੀ ਅਵੇਲੇਬਲ ਹੋ ਜਾਈਏ, ਜਾਂ ਜ਼ਿਆਦਾ ਬਹੁਤ ਸਟ੍ਰੈਚ ਕਰਾਂਗੇ ਅਸੀਂ, ਤੁਸੀਂ ਲਾ ਲਓ ਕਿ ਜਨਵਰੀ ਤੋਂ ਆਨਵਰਡਸ ਅਸੀਂ ਮੰਡੇ ਵੀ ਓਪਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੋਕੇਸ਼ਨ ਦੁਬਾਰਾ ਰਿਪੀਟ ਕਰ ਦਿਓ। ਆਪਣੀ ਸੈਕਟਰ 11 ਪੈਂਦੇ ਜੀ, ਪੰਚਕੂਲੇ ਦਾ ਸੈਕਟਰ 11, ਬੈਕ ਮਾਰਕੀਟ ਪੈਂਦੀ ਹੈ 61-62-63 ਨੰਬਰ ਨੇ, ਬੈਕ ਸਾਈਡ ਦੇ ਤਿੰਨੇ ਆਪਣੇ ਲਵੇ ਨੇ ਬਾਬੇ ਦੀ ਕਿਰਪਾ ਨਾਲ, ਤੇ ਹੁਣ ਭਰਾ ਜੀ ਆ ਕੇ ਨੇ, ਲੱਗਦਾ ਇੱਕ ਦੋ ਹੋਰ ਲੈ ਲਾਂਗੇ। ਚਲੋ ਇਹ ਵਿਊਜ਼ ਨੇ ਦਵਾਉਣੇ ਆ ਜੀ, ਅਸੀਂ ਨਹੀਂ ਦਵਾਉਣੇ, ਤੇ ਅਸੀਂ ਸਿਰਫ ਇੱਕ ਜੋਕਸ ਪਾਟ ਆ, ਪਰ ਇਹ ਕਿ ਚਲੋ ਅਸੀਂ ਨਹੀਂ ਵਿਊਜ਼ ਦੀ ਸਾਰਿਆਂ ਨਾਲ ਇਦਾਂ ਹੀ ਆ, ਜੋ ਧੱਕਾ ਲਾ ਦਿੰਦੇ ਬੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ, ਇਸ ਕਰਕੇ ਉਹਨਾਂ ਦਾ ਹੀ ਪਿਆਰ ਆ ਤੇ ਉਹ ਜ਼ਰੂਰ ਦੇਣਗੇ। ਤੇ ਬਾਕੀ ਬਾਈ ਵਧੀਆ ਲੱਗਿਆ ਸੱਚੀ ਮਿਲ ਕੇ, ਵੀ ਇਹ ਨਹੀਂ ਹੈ ਕਿ ਚਲੋ ਤੁਸੀਂ ਕੰਮ ਕਰ ਰਹੇ ਹੋ, ਵੈਸੇ ਵੀ ਨੇਚਰ ਵਾਈਜ਼ ਵੀ ਮੈਨੂੰ ਵਧੀਆ ਲੱਗਿਆ, ਤੇ ਥੈਂਕ ਯੂ ਸੋ ਮੱਚ, ਠੀਕ ਹੈ, ਥੈਂਕ ਯੂ ਸੋ ਮੱਚ ਸਰ। ਤੇ ਇਸ ਕਰਕੇ ਬਾਕੀ ਬਾਈ ਇਹ ਸੀਗਾ ਜਸਟ ਅਪਡੇਟ ਸੀਗਾ ਕਿ ਤੁਹਾਡੇ ਵਾਸਤੇ ਕਿ ਇੱਥੇ ਤੁਹਾਨੂੰ ਪੰਚਕੂਲੇ ਦੇ ਵਿੱਚ ਵੀ ਇਹ ਸਾਰੀਆਂ ਫੈਸਿਲਿਟੀਜ਼ ਮਿਲ ਜਾਣਗੀਆਂ ਇਨ 1 ਹਾਊਸ, ਇੱਕ ਸਿੰਗਲ ਰੂਫ ਦੇ ਅੰਡਰ, ਅਤੇ ਤੁਸੀਂ ਇਹਦਾ ਜ਼ਰੂਰ ਫਾਇਦਾ ਲਓਗੇ। ਬਾਈ ਉਹਨਾਂ ਨੇ ਬਹੁਤ ਰਿਗਾਰਡ ਕੀਤਾ, ਕੋਈ ਡਿਸਕਾਊਂਟ ਵੀ ਤੁਹਾਨੂੰ ਮੇਰੇ ਨਾਮ 'ਤੇ ਲਾਇਆ, ਅਤੇ ਬਾਕੀ ਹੈ ਵੀ ਉਹਨਾਂ ਨੂੰ ਵੀ ਫੋਲੋ ਕਰ ਲਿਓ, ਕੋਲੈਬੋਰੇਸ਼ਨ ਇੰਸਟਾਗ੍ਰਾਮ ਰੀਲਸ ਪਾਈਆਂ ਹੋਈਆਂ ਅਸੀਂ ਆਲਰੇਡੀ, ਅਤੇ ਲੋਕੇਸ਼ਨ ਵੀ ਮੈਂ ਇਹਦੀ ਮੈਂਸ਼ਨ ਕਰਤੀ ਹੈ, ਅਤੇ ਟਾਈਮਿੰਗ ਵਗੈਰਾ ਵੀ ਤੁਹਾਨੂੰ ਸਾਰੀ ਦੱਸ ਦਿੱਤੀ ਹੋਈ ਹੈ, ਅਤੇ ਤੁਸੀਂ ਚੈਨਲ ਵੀ ਫੋਲੋ ਕਰ ਲਿਓ ਫੋਰ ਮੋਰ ਅਪਡੇਟਸ। ਮਿਲਦੇ ਹਾਂ ਹੁਣ ਇੱਦਾਂ ਨਵੇਂ ਵਲੌਗ ਲੈ ਕੇ, ਬਾਏ, ਟੇਕ ਕੇਅਰ।